ਕਿਹਾ ਜੇ ਉਹਨੂੰ ਨੌਲੇਜ ਨਹੀਂ ਧਾਰਮਿਕ ਦੀ ਧਰਮ ਦੀ ਤਾਂ ਬੋਲਦਾ ਕਿਉਂ ਆ ਫਿਰ ਉਹ ਧਰਮ ਬਾਰੇ ਕਦੇ ਉਹ ਕਹਿੰਦਾ ਗ੍ਰੰਥਾਂ 'ਚ ਮਿਲਾਵਟ ਹੈ ਮਿਸ਼ਨਰੀਆਂ ਵਾਲੀ ਬੋਲੀ ਬੋਲਦਾ ਕਦੇ ਕਹੂਗਾ ਗ੍ਰੰਥਾਂ 'ਚ ਮਿਲਾਵਟ ਹੈ ਤਾਂ ਜੇ ਤੈਨੂੰ ਨੌਲੇਜ ਹੈ ਨਹੀਂ ਤੂੰ ਬੋਲਦਾ ਕਿਉਂ ਹੈ ਸਨਮਾਨ ਕਰਨ ਲੱਗੇ ਸੀਗੇ ਤੁਸੀਂ ਤੇ ਵੀ ਗੱਲ ਕਹੀ ਆ ਸਨਮਾਨ ਕਰਨ ਲੱਗੇ ਸੀ ਮਤਲਬ ਕੋਈ ਸਾਡਾ ਉਹ ਪਰਸਨਲੀ ਉਹਦੇ ਨਾਲ ਵੈਰ ਨਹੀਂ ਉਹ ਆਪਣੀ ਜਿਹੜੀ ਬੋਲ ਬਾਣੀ ਹੈ ਉਹ ਸੁਧਾਰੇ ਅਸੀਂ ਨੌ ਟਾਊਨ ਦੀ ਬਾਹਰ ਲੱਖਾਂ ਸੁਧਾਣਾ ਸਾਰਿਆਂ ਦੀ ਉਹ ਗੱਲ ਕਰੀ ਹੈ ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਦਰਸ਼ਕੋ ਪ੍ਰੋਗਰਾਮ ਭਖਦੇ ਮਸਲੇ ਵਿੱਚ ਆਪ ਜੀ ਨੂੰ ਜੀ ਆਖਦੇ ਹਾਂ ਅੱਜ ਸਾਡੇ ਨਾਲ ਬਹੁਤ ਹੀ ਇੱਕ ਮਹਾਨ ਸ਼ਖਸੀਅਤ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਪੰਥ ਬਾਬਾ ਦਰਜੀਤ ਸਿੰਘ ਜੀ ਢੁਲਕੀ ਵਾਲੇ ਜਿਹੜੇ ਹਰੇਕ ਮੁੱਦੇ 'ਤੇ ਅਤੇ ਪ੍ਰਚਾਰ ਲਈ ਵੀ ਜਿੱਥੇ ਤੱਤਪਰ ਰਹਿੰਦੇ ਨੇ ਅਤੇ ਉੱਥੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਵੀ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਉਦੋਂ ਦੇ ਨਾਲ ਜੁੜੇ ਹੋਏ ਆ ਅਤੇ ਜਿਹੜੀਆਂ ਵੀ ਘਟਨਾਵਾਂ ਹੋਈਆਂ ਕਿਸਾਨੀ ਸੰਘਰਸ਼ ਕੀ ਆ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਬਾਬਾ ਜੀ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਹੋ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਘਵੀਰ ਸਿੰਘ ਜੀ ਤੁਹਾਨੂੰ ਅਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਅਸੀਂ ਜਿੱਦਾਂ ਅੱਜ ਮੁੱਦਾ ਜਿਹੜਾ ਧਾਰਮਿਕ ਤੋਂ ਹਟ ਕੇ ਕਿਸਾਨੀ ਆ ਸਮਾਜਿਕ ਆ ਜਿਹੜਾ ਮਤਲਬ ਹਰ ਇੱਕ ਵਿਅਕਤੀ ਦੇ ਨਾਲ ਤੇ ਹਰ ਖੇਤਰ ਦੇ ਨਾਲ ਜੁੜਿਆ ਹੋਇਆ ਕਾਫੀ ਲੰਮੇ ਚਿਰੇ ਤੋਂ ਚਿਰਾਂ ਤੋਂ ਮਤਲਬ ਇਹ ਸ਼ੁਰੂ ਹੋਇਆ ਮੈਂ ਪਹਿਲਾਂ ਤੋਂ ਵੀ ਤੁਹਾਡੀਆਂ ਗਤੀਵਿਧੀਆਂ ਦੇਖਦਾ ਕਿ ਤੁਸੀਂ ਕਿਸਾਨ ਮੋਰਚਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਵੀ ਕਰਦੇ ਹੋ ਤੇ ਇਹ ਵੀ ਕਹਿੰਦੇ ਹੋ ਕਿ ਆਪਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜੀਏ ਤੁਸੀਂ ਜਿਹੜਾ ਇਹ ਸੰਘਰਸ਼ ਸ਼ੁਰੂ ਹੋਇਆ ਇਹਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਆ ਕਿਉਂ ਇਹ ਸ਼ੁਰੂ ਕਰਨਾ ਪਿਆ ਸਾਡੇ ਤਾਂ ਇਹ ਵਿਚਾਰ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ 1982 ਚ ਬਚਨ ਕਰਿਆ ਸੀ ਅਨੰਦਪੁਰ ਦੇ ਮਤੇ ਵਿੱਚ ਇਹ ਸਾਰੀਆਂ ਚੀਜ਼ਾਂ ਦਰਜ ਨੇ ਵੀ ਆਪਾਂ 3 ਲੱਖ ਬੰਦਾ ਲੈ ਕੇ ਦਿੱਲੀ ਚੱਲੀਏ ਪਾਰਲੀਮੈਂਟ ਨੂੰ ਘੇਰ ਲਈਏ ਜੇ ਉਦੋਂ ਬਚਨ ਮੰਨਿਆ ਹੁੰਦਾ ਮਹਾਂਪੁਰਖਾਂ ਦਾ ਤਾਂ ਅੱਜ ਇਹ ਧਰਨੇ ਲਾਉਣੇ ਨਹੀਂ ਸੀ ਪੈਂਦੇ ਉਦੋਂ ਕੁਝ ਸਾਡੇ ਲੀਡਰ ਅਖਵਾਉਣ ਵਾਲੇ ਪੰਥਕ ਅਖੌਤੀ ਪੰਥਕ ਲੀਡਰਾਂ ਨੇ ਵੀ ਸੰਤਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਬਚਨ ਨਹੀਂ ਮੰਨਿਆ ਤਾਂ ਜੇ ਹਾਲਾਤ ਬਣੇ ਹੈ ਵੈਸੇ ਉਹਨਾਂ ਦਾ ਬਚਨ ਸੀਗਾ 3 ਲੱਖ ਦਾ ਇਕੱਠ ਦਿੱਲੀ ਲੈ ਕੇ ਚੱਲੀਏ ਅੱਜ ਮਹਾਂਪੁਰਖਾਂ ਦਾ ਬਚਨ ਬਿਰਖਾ ਨਹੀਂ ਜਾਂਦਾ ਬ੍ਰਹਮ ਗਿਆਨੀਆਂ ਦਾ ਅੱਜ ਉੱਥੇ ਘੱਟੋ ਘੱਟ 30 ਲੱਖ ਦਾ ਇਕੱਠ ਹੋ ਗਿਆ ਅੱਛਾ ਜੀ ਜੇ ਉਦੋਂ ਕੌਮ ਨੇ ਬਾਬਾ ਜਰਨੈਲ ਸਿੰਘ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਜੇ ਪੂਰੀ ਤਰ੍ਹਾਂ ਸਾਥ ਦਿੱਤਾ ਹੁੰਦਾ ਬਾਬਾ ਜੀ ਦਾ ਠੀਕ ਹੈ ਤੇ ਹਾਂਜੀ ਜਿੱਦਾਂ ਹੁਣ ਜਿਹੜੇ 3 ਬਿੱਲ ਆ ਜਿੱਦਾਂ ਸਰਕਾਰ ਕਹਿ ਰਹੀ ਆ ਬਹੁਤ ਵਧੀਆ ਆ ਤੇ ਕਿਸਾਨ ਕਹਿ ਰਹੇ ਆ ਮਤਲਬ ਸਾਨੂੰ ਨੁਕਸਾਨ ਬਹੁਤ ਹੋ ਸਕਦਾ ਤੁਸੀਂ ਇਹਨਾਂ ਬਿੱਲਾਂ ਬਾਰੇ ਕਿੱਦਾਂ ਸੋਚਦੇ ਜਦੋਂ ਲੱਖਾਂ ਕਿਸਾਨ ਕਹਿ ਰਹੇ ਨੇ ਇੱਕ ਕਾਮਲਾ ਹੋ ਸਕਦਾ ਦੋ ਕਾਮਲੇ ਹੋ ਸਕਦੇ ਨੇ ਹੁਣ ਲੱਖਾਂ ਲੋਕ ਥੋੜਾ ਕਾਮਲੇ ਨੇ ਇਹ ਕਾਰਪੋਰੇਟ ਪੂੰਜੀਪਤੀ ਅਮੀਰਾਂ ਨੂੰ ਖੁਸ਼ ਕਰਨ ਵਾਸਤੇ ਬਿੱਲ ਬਣਾਏ ਗਏ ਨੇ ਠੀਕ ਹੈ ਸਰਕਾਰ ਜਿਹੜੀ ਹੈ ਉਹ ਆਪਣੀ ਜ਼ਮੀਰ ਵੇਚ ਚੁੱਕੀ ਹੈ ਪੂੰਜੀਪਤੀ ਲੋਕਾਂ ਕੋਲੇ ਇਸ ਕਰਕੇ 2-3 ਬੰਦਿਆਂ ਦੇ ਲਈ ਲੱਖਾਂ ਗਰੀਬ ਕਿਸਾਨਾਂ ਦੀ ਸੁਣ ਨਹੀਂ ਰਹੀ ਜਿਹੜਾ ਰਾਜ ਹੁੰਦਾ ਹੈ ਰਾਜ ਉਦੋਂ ਮਿਲਦਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਜਦੋਂ ਮਨੁੱਖ ਅੰਦਰ ਤਪ ਤੇ ਤਿਆਗ ਦੀ ਭਾਵਨਾ ਨਾਲ ਰਾਜ ਮਿਲਦਾ ਹੈ ਜਦੋਂ ਇਨਸਾਫ ਦੇ ਦਰਵਾਜ਼ੇ ਰਾਜਾ ਬੰਦ ਕਰ ਲਵੇ ਤਾਂ ਜਿਹੜਾ ਰਾਜ ਹੈ ਚਲਿਆ ਜਾਂਦਾ ਹੁਣ ਰਾਜੇ ਨੇ ਇਨਸਾਫ ਦੇ ਦਰਵਾਜ਼ੇ ਬੰਦ ਕਰ ਲਏ ਨੇ ਬੜੀਆਂ ਹਕੂਮਤਾਂ ਆਈਆਂ ਜਾਕਰੀਆ ਆਇਆ ਅਬਦਾਲੀ ਆਇਆ ਮੀਰ ਮੰਨੂ ਆਇਆ ਔਰੰਗਜ਼ੇਬ ਆਇਆ ਇੰਦਰਾ ਆਈ ਕੋਈ ਰਿਹਾ ਕਿ ਸੰਸਾਰ ਤੇ ਇਸੇ ਤਰ੍ਹਾਂ ਇਸ ਹਕੂਮਤ ਨੇ ਵੀ ਚਲੇ ਜਾਣਾ ਜਦੋਂ ਜਦੋਂ ਵੀ ਕੋਈ ਸੰਘਰਸ਼ ਉੱਠਿਆ ਆਜ਼ਾਦੀ ਦੀ ਲਹਿਰ ਹੋਵੇ ਚਾਹੇ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਵਿੱਚੋਂ ਹੀ ਉੱਠਿਆ ਇਹ ਵਾਲੀ ਯੋਧਿਆਂ ਤੇ ਸੂਰਮਿਆਂ ਦੀ ਧਰਤੀ ਹੈ ਇਸ ਕਰਕੇ ਸੰਘਰਸ਼ ਵੀ ਇੱਥੋਂ ਹੀ ਉੱਠਿਆ ਇਹ ਵੀ ਜਿਹੜਾ ਸੰਘਰਸ਼ ਹੈ ਸਾਨੂੰ ਵਿਸ਼ਵਾਸ ਹੈ ਸੰਗਤਾਂ ਦੀਆਂ ਅਰਦਾਸਾਂ ਨੇ ਵੀ ਇਹ ਕਾਲੇ ਤੋਂ ਰੱਦ ਕਰਵਾਊਗਾ ਸੰਘਰਸ਼ ਅੱਛਾ ਜੀ
ਬਾਬਾ ਜੀ ਜਿੱਦਾਂ ਤੁਸੀਂ ਕਿਹਾ ਵੀ ਕਾਲੇ ਕਾਨੂੰਨ ਰੱਦ ਕਰਾਊਗਾ ਜਿਸ ਹਿਸਾਬ ਨਾਲ ਸੰਘਰਸ਼ ਉੱਠਿਆ ਸੰਤ ਮਹਾਂਪੁਰਖਾਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਵੀ ਤੁਸੀਂ ਗੱਲ ਕੀਤੀ ਆ ਤੇ ਬੀਜੇਪੀ ਸਰਕਾਰ ਜਿੱਦਾਂ ਮਤਲਬ ਉਹਨੇ ਪਹਿਲਾਂ ਬਹੁਤ ਇਹੋ ਜਿਹਾ ਕਾਨੂੰਨ ਲਾਗੂ ਕੀਤੇ ਆ ਜੇ ਚਾਹੇ ਉਹ ਧਾਰਾ 370 ਹੋਵੇ ਚਾਹੇ ਹੋਰ ਕਾਨੂੰਨ ਹੋਣ ਲੇਕਿਨ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਦੇਖਿਆ ਨੀ ਕਾਨੂੰਨ ਵਾਪਸ ਲੈ ਨੀ ਤੁਹਾਨੂੰ ਕੀ ਲੱਗਦਾ ਕਿ ਹੁਣ ਉਹ ਕਾਨੂੰਨ ਵਾਪਸ ਸਰਕਾਰ ਲੈ ਲਊਗੀ ਹਾਂ ਲਊਗੀ ਜੀ ਕਿਉਂਕਿ ਪਹਿਲਾਂ ਇਹ ਹੁਣ ਪੰਜਾਬ ਦੀ ਧਰਤੀ ਤੋਂ ਸੰਘਰਸ਼ ਉੱਠਿਆ ਤੁਸੀਂ ਦੇਖੋ ਅੰਗਰੇਜ਼ਾਂ ਨੇ ਪੂਰੇ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਆ ਰਹੀ ਠੀਕ ਹੈ ਕੋਈ ਨੀ ਤੁਸੀਂ ਗੱਲ ਕਰੀ ਜਾਓ ਹਾਂਜੀ ਅੰਗਰੇਜ਼ਾਂ ਨੇ ਪੂਰੇ ਇੰਡੀਆ ਚ ਕਹਿੰਦੇ 200 ਸਾਲ ਰਾਜ ਕੀਤਾ ਪੰਜਾਬ ਚ 100 ਸਾਲ ਇਹ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਉੱਠਦਾ ਹੈ ਉਹ ਤੇ ਬਖਸ਼ਿਸ਼ ਹੁੰਦੀ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਪੰਜਾਬੀ ਸੂਰਬੀਰ ਯੋਧੇ ਨੇ ਗੁਰੂ ਦੀ ਬਖਸ਼ਿਸ਼ ਨਾਲ ਇਹ ਪੰਜਾਬ ਨੇ ਸਾਰੇ ਦੁਨੀਆਂ ਨੂੰ ਜਗਾਤਾ ਪਹਿਲਾਂ ਇੰਨੀ ਮੂਵਮੈਂਟ ਨਹੀਂ ਬਣੀ ਜਿੰਨੀ ਹੁਣ ਬਣੀ ਹੈ ਇਸ ਕਰਕੇ ਕਾਲੇ ਕਾਨੂੰਨ ਤਾਂ ਵਾਪਸ ਲੈਣੇ ਪੈਣਗੇ ਸਰਕਾਰ ਭਾਵੇਂ ਛੇਤੀ ਲੈਲੇ ਨਹੀਂ ਸਰਕਾਰ ਨੁਕਸਾਨ ਕਰਾ ਕੇ ਲਊਗੀ ਸਰਕਾਰ ਦਾ ਬਹੁਤ ਵੱਡਾ ਲੌਸ ਹੋ ਰਿਹਾ ਡੇ ਬਾਈ ਡੇ ਫੌਜੀ ਲੋਕ ਅਸਤੀਫੇ ਦੇ ਰਹੇ ਨੇ ਪੁਲਿਸ ਵਾਲਿਆਂ ਨੇ ਬਗਾਵਤ ਕਰਤੀ ਪੁਲਿਸ ਵਾਲੇ ਕਹਿੰਦੇ ਵੀ ਕਿਸਾਨ ਤਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਨਾਲ ਹਾਂ ਫੌਜ ਨੇ ਕਹਿ ਦਿੱਤਾ ਵੀ ਅਸੀਂ ਕਿਸਾਨਾਂ ਦੇ ਨਾਲ ਹਾਂ ਸਰਕਾਰ ਤਾਂ ਘਿਰ ਚੁੱਕੀ ਹੈ ਇੱਕ ਸਰਕਾਰ ਦੀ ਈਗੋ ਹਟ ਹੋ ਰਹੀ ਹੈ ਈਗੋ ਹਟ ਹੋ ਰਹੀ ਹੈ ਸਰਕਾਰ ਹੁਣ ਚਾਹੁੰਦੀ ਹੈ ਵਾਪਸ ਲੈਣੇ ਪਰ ਈਗੋ ਦੀ ਪ੍ਰੋਬਲਮ ਹੈ ਸਰਕਾਰ ਨੂੰ ਸਰਕਾਰ ਚਾਰੇ ਪਾਸਿਆਂ ਤੋਂ ਘਿਰ ਚੁੱਕੀ ਹੈ ਬਾਬਾ ਜੀ ਹੁਣ ਆਪਾਂ ਆਉਂਦੇ ਹਾਂ 26 ਤਰੀਕ ਜਿੱਦਾਂ ਗਣਤੰਤਰ ਦਿਵਸ ਸੀਗਾ ਤੇ ਬਹੁਤ ਲੋਕਾਂ ਦੇ ਮਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜਾ ਮਨ ਦੇ ਵਿੱਚ ਸੀ ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਟਰੈਕਟਰ ਰੈਲੀ ਜਿਹੜੀ ਆ ਟਰੈਕਟਰ ਮਾਰਚ ਟਰੈਕਟਰ ਪਰੇਡ ਜਿਹੜੀ ਹੋਊਗੀ ਲੇਕਿਨ ਉਸ ਦਿਨ ਦੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ ਜਿੱਦਾਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਇਹਦਾ ਕਸੂਰ ਆ ਤੇ ਲੋਕ ਕਹਿ ਰਹੇ ਕਿਸਾਨਾਂ ਨੇ ਅੱਜ ਨਾ ਆਰਗਨਾਈਜ਼ ਨਹੀਂ ਕੀਤਾ ਤੁਸੀਂ ਕੀ ਸੋਚਦੇ ਜਿਹੜੀਆਂ ਉਸ ਦਿਨ ਦੀਆਂ ਵਾਪਰੀਆਂ ਘਟਨਾਵਾਂ ਜਾਂ ਕਿਸਾਨਾਂ ਕਿਸਾਨ ਜਥੇਬੰਦੀਆਂ ਚੋਂ ਕਿਤੇ ਊਚ ਨੀਚ ਹੋ ਗਈ ਜਾਂ ਉਹਨਾਂ ਤੋਂ ਕੋਈ ਮਤਲਬ ਕਮਜ਼ੋਰੀ ਰਹਿ ਗਈ ਜਿਹੜਾ ਸੰਘਰਸ਼ ਉਸ ਦਿਨ ਮਤਲਬ ਵਿਖੜ ਗਿਆ ਵੱਖਰੇ ਵੱਖਰੇ ਪਾਸੇ ਨੂੰ ਚੱਲ ਗਿਆ ਜਾਂ ਕੋਈ ਹੋਰ ਗੱਲ ਹੋਈ ਆ ਕੀ ਆ ਉਹਦਾ ਕਾਰਨ ਉਸ ਦਿਨ ਸੰਘਰਸ਼ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਦਾ ਸ਼ਿਕਾਰ ਹੋਇਆ ਪਰ ਬਹੁਤ ਵੱਡਾ ਬਚਾਅ ਰਹਿ ਗਿਆ ਅੱਛਾ ਜੀ ਸੋਨੂੰ ਪਤਾ ਧਿਆਨ ਧਿਆਨ ਸਿੰਘ ਡੋਗਰੇ ਵਰਗੇ ਅੱਜ ਵੀ ਮੌਜੂਦ ਨੇ ਇਹ ਸੱਚ ਨਾਲ ਝੂਠ ਵੀ ਰਹਿੰਦਾ ਹਮੇਸ਼ਾ ਨੇਕੀ ਨਾਲ ਬਦੀ ਚੱਲੀ ਆਉਂਦੀ ਹੈ ਠੀਕ ਹੈ ਕਿਸਾਨ ਜਥੇਬੰਦੀਆਂ ਨੇ ਜਿਹੜਾ ਰੂਟ ਕਲੀਅਰ ਕਰ ਦਿੱਤਾ ਸੀ 2-3 ਦਿਨ ਪਹਿਲਾਂ ਹਾਂਜੀ ਉਸ ਤੋਂ ਕੁਝ ਬੰਦਿਆਂ ਨੇ ਭੜਕਾਇਆ ਅੱਛਾ ਜੀ ਜਿਵੇਂ ਹੁਣ ਦੀਪ ਸਿੱਧੂ ਦਾ ਨਾਮ ਆਉਂਦਾ ਹਾਂਜੀ ਜਿਆਦੇ ਕੱਲੇ ਨੂੰ ਉਹਨੂੰ ਲੋਕ ਟਾਰਗੇਟ ਕਰ ਰਹੇ ਨੇ ਅੱਛਾ ਜੀ ਇੱਕ ਉਹ ਲੱਖਾ ਸਿਧਾਣਾ ਜਾ ਉਹਦਾ ਨਾਮ ਆਉਂਦਾ ਠੀਕ ਆ ਪਰ ਅਸੀਂ ਲਾਈਵ ਦੇਖ ਰਹੇ ਸੀਗੇ ਹਾਂ ਉਹ ਗ੍ਰੰਥੀ ਸਿੰਘ ਰਹਿਰਾਸ ਦਾ ਪਾਠ ਕਰਕੇ ਹਟਿਆ ਉੱਥੇ ਸਿੰਘੂ ਮੋਰਚੇ ਦੀ ਸਟੇਜ ਤੇ ਬਾਅਦ ਵਿੱਚ ਦੇਗ ਬਣੀ ਵਰਤਾਉਣ ਦਿੱਤੀ ਇਹ ਲੱਖਾ ਸਿਧਾਣਾ ਤੇ ਉਹਦੇ ਸਮਰਥਕ ਸਟੇਜ ਤੇ ਆ ਗਏ ਇਹ ਜਿਹੜੀ 25 ਤਰੀਕ ਦੀ ਗੱਲ ਕਰਦੇ ਤੁਸੀਂ 25 ਤਰੀਕ ਰਾਤ ਦੀ ਜੋ ਸੱਚਾਈ ਹੈ ਹਾਂਜੀ ਇਹ ਕੱਲੇ ਦੀਪ ਸਿੱਧੂ ਦੇ ਵਿੱਚ ਨੁਕਸ਼ ਕੱਢੀ ਜਾਂਦੇ ਨੇ ਲੋਕ ਦੀਪ ਸਿੱਧੂ ਤਾਂ ਬਾਅਦ ਚ ਆਇਆ ਠੀਕ ਹੈ ਇਹ ਲੱਖਾ ਸਿਧਾਣਾ ਕਹਿੰਦਾ ਮੈਨੂੰ ਜਗਜੀਤ ਡੱਲੇਵਾਲ ਨੇ ਕਿਹਾ ਸੀ ਵੀ ਤੂੰ ਜਾ ਕੇ ਬੋਲ ਉਹਨੇ ਤਾਂ ਸ਼ਾਂਤ ਕਰਨ ਵਾਸਤੇ ਕਿਹਾ ਸੀ ਇਹਨੇ ਉੱਥੇ ਜਾ ਕੇ ਕਹਿ ਦਿੱਤਾ ਔਨ ਰਿਕਾਰਡਿੰਗ ਹੈ ਸਾਡੀ ਕੋਈ ਕਿਸੇ ਲੱਖੇ ਸਿਧਾਣੇ ਨਾਲ ਨਿੱਜੀ ਦੁਸ਼ਮਣੀ ਨਹੀਂ ਠੀਕ ਆ ਇਹ ਸਾਡਾ ਵੱਟਦਾ ਰੌਲਾ ਨਹੀਂ ਅਸੀਂ ਤਾਂ ਜ਼ਿੰਦਗੀ ਚ ਦੇਖਿਆ ਤੱਕ ਨਹੀਂ ਉਹਨੂੰ ਕੌਣ ਹੈ ਹਾਂ ਠੀਕ ਆ ਤੇ ਜਦੋਂ ਸਟੇਜ ਤੇ ਆਇਆ ਔਨ ਰਿਕਾਰਡ ਹੈ ਗੱਲ ਉਹਨੇ ਕਹੀ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਬਜਾਏ ਉਹਨੇ ਕਹਿ ਦਿੱਤਾ ਵੀ ਜਿਹੜਾ ਸਰਵਣ ਭੰਦੇਰ ਹੈ ਜਿੱਧਰ ਉਹ ਜਾਊਗਾ ਮੰਗ ਰਹੇ ਆਪਾਂ ਟਰੈਕਟਰ ਲਾ ਲੈਣੇ ਰਿੰਗ ਰੋਡ ਵੱਲ ਅੱਛਾ ਜੀ ਜਦ ਕਿ ਕਿਸਾਨ ਜਥੇਬੰਦੀਆਂ ਫੈਸਲਾ ਲੈ ਚੁੱਕੀਆਂ ਸੀ ਜੋ ਉਹਨਾਂ ਦੀ ਗੱਲ ਹੋਈ ਸੀ ਦੂਸਰੇ ਪਾਸੇ ਹਾਂਜੀ ਉੱਥੇ ਰੌਲਾ ਪੈ ਗਿਆ ਇੱਥੋਂ ਤੱਕ ਲੱਖੇ ਸਿਧਾਣੇ ਦੇ ਸਮਰਥਕਾਂ ਨੇ ਇਹ ਕਹਿ ਦਿੱਤਾ ਵੀ ਤੁਸੀਂ ਲੱਖੇ ਸਿਧਾਣੇ ਨੂੰ ਬੋਲਣ ਦਾ ਟਾਈਮ ਨਹੀਂ ਦਿੰਦੇ ਕਿਸਾਨੋ ਸੁਣੋ ਅਸੀਂ ਵੱਢਾਂਗੇ ਇਹ ਔਨ ਰਿਕਾਰਡ ਹੈ
ਅੱਛਾ ਇਦਾਂ ਦੀਆਂ ਗੱਲਾਂ ਵੀ ਕਹਿਤੀਆਂ ਸਟੇਜ ਤੇ ਹਾਂ ਇਹਦੇ ਬੰਦਿਆਂ ਨੇ ਇਹ ਗੱਲ ਕਹੀ ਹੈ ਫਿਰ ਇੱਕ ਚੈਨਲ ਨੇ ਖਬਰ ਲਾ ਦਿੱਤੀ ਵੀ ਦੱਖੇ ਸਿਧਾਣੇ ਤੇ ਉਹਦੇ ਸਮਰਥਕਾਂ ਨੇ ਗਾਹ ਪਾਇਆ ਹਾਂ ਫਿਰ ਇਹ ਉੱਥੋਂ ਆ ਕੇ ਲਾਈਵ ਹੋਇਆ ਲਾਈਵ ਹੋ ਕੇ ਚੈਨਲ ਨੂੰ ਇਹਨੇ ਧਮਕੀ ਦਿੱਤੀ ਵੀ ਨਹੀਂ ਮੈਂ ਤੁਹਾਡਾ ਨਾਂ ਲੈ ਕੇ ਬੋਲੂੰਗਾ ਇਹ ਸਟੇਟਸ ਪੱਟੋ ਅੱਛਾ ਚੈਨਲ ਵਾਲੇ ਨੇ ਤਾਂ ਸੱਚ ਲਿਖਿਆ ਸੀ ਹਾਂ ਇਹਨੂੰ ਕਿਹਾ ਸੀ ਕਟਾਉਣ ਵਾਸਤੇ ਪਰ ਇਹਨੇ ਜੋ ਸੱਚ ਹੈ ਬਿਲਕੁਲ ਇਹਨੇ ਭੜਕਾਇਆ ਕਿਉਂਕਿ ਜਿਹੜੀ ਇਹਦੀ ਬੈਕਗ੍ਰਾਉਂਡ ਆ ਬੈਕਗ੍ਰਾਉਂਡ ਇਹ ਨਹੀਂ ਵੀ ਪਹਿਲਾਂ ਇਹ ਹੁਣ ਵੀ ਉਹੀ ਕੰਮ ਕਰਦਾ ਹੈ ਇਹਨੇ ਲੇਵਲ ਸਮਾਜ ਸੇਵੀ ਦਾ ਲਾਇਆ ਕਰਤੂਤਾਂ ਇਹਦੀਆਂ ਉਹੀ ਨੇ ਬੈਂਚ ਬਣਾ ਲਈਆਂ ਠੀਕ ਹੈ ਜਿੱਦਾਂ ਥੋੜਾ ਖੁੱਲ ਕੇ ਦੱਸੋ ਵੀ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਸਾਰਾ ਸੰਘਰਸ਼ ਨੂੰ ਮਤਲਬ ਮੋੜਾ ਦੇਣ ਵਾਲਾ ਇਹ ਦੋ ਬੰਦੇ ਦੀਪ ਸਿੱਧੂ ਲੱਖਾ ਸਿਧਾਣਾ ਜਾਂ ਇਹਦੇ ਪਿੱਛੇ ਕੋਈ ਹੋਰ ਵੀ ਟੀਮ ਵਰਕ ਕਰਦੀ ਹੈ ਹੋਰ ਵੀ ਵਰਕ ਕਰਦੇ ਨੇ ਜੀ ਇਹਦੇ ਪਿੱਛੇ ਜਿਵੇਂ ਹੁਣ ਦੀਪ ਸਿੱਧੂ ਨੂੰ ਤਾਂ 2 ਮਹੀਨੇ ਹੋ ਗਏ ਸਟੇਜ ਤੇ ਚੜ੍ਹਨ ਨਹੀਂ ਸੀ ਦਿੱਤਾ ਉਹ ਤਾਂ ਸਟੇਜ ਦੇ ਨੇੜੇ ਵੀ ਨਹੀਂ ਆਇਆ ਠੀਕ ਹੈ ਇਹ ਲੱਖਾ ਸਿਧਾਣਾ ਤਾਂ ਉੱਥੇ ਜਾ ਕੇ ਸਟੇਜ ਤੇ ਟਾਈਮ ਪਿੱਛੇ ਲੜਦਾ ਰਿਹਾ ਤੁਸੀਂ ਦੇਖਿਆ ਹੋਣਾ ਹਾਂਜੀ ਪਹਿਲਾਂ ਇੱਕ ਦੁਆਰੀ ਹੋਈ ਆ ਗੱਲ ਸਟੇਜ ਤੋਂ ਜਦੋਂ ਹਾਂਜੀ ਇਹਨਾਂ ਨੂੰ ਬੰਦ ਵੀ ਕੀਤਾ ਸੀਗਾ ਇਹਨੂੰ ਫਿਰ ਇਹਦਾ ਬਾਈਕਾਟ ਵੀ ਕੀਤਾ ਸਟੇਜ ਤੋਂ ਇਹ ਤਾਂ ਟਾਈਮ ਦੇ ਪਿੱਛੇ ਲੜਦਾ ਰਿਹਾ ਬੋਲਣ ਦੀ ਤਾਂ ਇਹਨੂੰ ਇੰਨੀ ਭੁੱਖ ਰਹਿੰਦੀ ਆ ਸਾਡਾ ਖਿਆਲ ਆ ਵੀ ਇੰਨੀ ਰੋਟੀ ਦੀ ਨਹੀਂ ਜਿੰਨੀ ਇਹਨੂੰ ਬੋਲਣ ਦੀ ਰਹਿੰਦੀ ਆ ਜੋ ਅਸੀਂ ਜੱਜ ਕਰਿਆ ਇਹਦੇ ਬਾਰੇ ਅੱਛਾ ਜੀ ਸਾਨੂੰ ਤਾਂ ਲੱਗਦਾ ਸੁੱਤਾ ਪਿਆ ਵੀ ਰਾਤ ਨੂੰ ਇਹ ਬੋਲੀ ਹੋ ਜਾਂਦਾ ਹੋਣਾ ਸੁਪਨੇ ਚ ਵੀ ਠੀਕ ਆ ਮਾੜੀ ਮਾੜੀ ਗੱਲ ਤੇ ਲਾਇਬ ਹੋ ਜਾਂਦਾ ਕੋਈ ਕੋਈ ਬੰਦੇ ਵਾਲੀ ਗੱਲ ਥੋੜਾ ਇਹ ਹਰ ਗੱਲ ਤੇ ਹਰ ਗੱਲ ਤੇ ਰੋਟੀ ਖਾਣੀ ਤਾਂ ਲਾਏ ਵਾ 3-4 ਕੁ ਚੈਨਲ ਜਿਹੜੇ ਆਏ ਜੀ ਚਾਪਲੂਸੀ ਚ ਲੱਗੇ ਹੋਏ ਨੇ ਸਾਨੂੰ ਤਾਂ ਇਹਦੇ ਨਾਲ ਉਸ ਸਮੇਂ ਨਫ਼ਰਤ ਹੋ ਗਈ ਸੀ ਬੰਦੇ ਨਾਲ ਪਹਿਲਾਂ ਇਹ ਸਾਨੂੰ ਵੀ ਬੜਾ ਚੰਗਾ ਲੱਗਦਾ ਹੁੰਦਾ ਤੁਹਾਨੂੰ ਦੱਸ ਦਈਏ ਤੁਹਾਡੇ ਦਰਸ਼ਕਾਂ ਓਕੇ ਅਸੀਂ ਤਾਂ ਇਹਨੂੰ ਸਨਮਾਨਿਤ ਕਰਨ ਲੱਗੇ ਸੀ ਇੱਕ ਵਾਰੀ ਸੱਦ ਕੇ ਵੀ ਇਹ ਬੜਾ ਪੰਜਾਬੀ ਮਾਂ ਬੋਲੀ ਦਾ ਰੱਖ ਹੈ ਅੱਛਾ ਜੀ ਉਹ ਇਹਦੀ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਰਮਾਲਿਆਂ ਤੇ ਕਿੰਤੂ ਪ੍ਰੰਤੂ ਹਰਿਮੰਦਰ ਸਾਹਿਬ ਦੀ ਮਰਿਆਦਾ ਤੇ ਕਿੰਤੂ ਪ੍ਰੰਤੂ ਕੀਤਾ ਜਦੋਂ ਬਾਬਾ ਜੀ ਦਾਦੂਵਾਲ ਨੇ ਇਹਦੇ ਜੁੱਤੀਆਂ ਮਾਰੀਆਂ ਨੇ ਆ ਉਹਨਾਂ ਦੀ ਮੇਰੇ ਕੋਲ ਇੰਟਰਵਿਊ ਹੋਈ ਸੀ ਆਪਸ ਵਿੱਚ ਬਹਿਸ ਹੋਈ ਸੀਗੀ ਕਾਫੀ ਜਦੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੱਲਾ ਗ੍ਰੰਥ ਸਾਹਿਬ ਕਹਿੰਦਾ ਹੁੰਦਾ ਜਦੋਂ ਲੋਕਾਂ ਨੇ ਇਹਨੂੰ ਲਾਹਨਤਾਂ ਪਾਈਆਂ ਫੇਰ ਗੁਰੂ ਗ੍ਰੰਥ ਸਾਹਿਬ ਕਹਿਣ ਲੱਗਿਆ ਪਹਿਲਾਂ ਗੁਰੂ ਨਹੀਂ ਸੀ ਹੁੰਦਾ ਕੱਲਾ ਗ੍ਰੰਥ ਸਾਹਿਬ ਠੀਕ ਆ ਗ੍ਰੰਥ ਆਮ ਗ੍ਰੰਥ ਨਹੀਂ ਇਹ ਗੁਰੂ ਹੈ ਸਾਡਾ ਠੀਕ ਆ ਇਹ ਮਿਸ਼ਨਰੀ ਵਾਲੀਆਂ ਜਿਵੇਂ ਮਿਸ਼ਨਰੀ ਵਾਲੇ ਨੀ ਜਿਹੜੇ ਮਿਸ਼ਨਰੀ ਵਾਲਿਆਂ ਦੀਆਂ ਗੱਲਾਂ ਵੀ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣੀਆਂ ਕੀ ਪਖੰਡ ਹੈ ਇਹ ਕੀ ਰਮਾਲੇ ਨਾ ਗੁਰੂ ਤੁਸੀਂ ਸੁਣੀਆਂ ਨੇ ਹਾਂਜੀ ਸਾਰਾ ਪਰ ਆਪਾਂ ਹੁਣ ਬਾਬਾ ਜੀ ਇਹ ਚਾਹੁੰਦੇ ਵੀ ਜਿਹੜੀ ਕਿਸਾਨੀ ਸੰਘਰਸ਼ ਦੇ ਵਿੱਚ ਇਹਦਾ ਰੋਲ ਕੀ ਰਿਹਾ ਜਾਂ ਹੁਣ ਤੁਸੀਂ ਆਮ ਲੋਕ ਤੁਸੀਂ ਤਾਂ ਇੱਥੇ ਵਿਚਰਦੇ ਆ ਅਸੀਂ ਤਾਂ ਬਾਹਰ ਬੈਠੇ ਸਾਨੂੰ ਬਾਹਰ ਬੈਠਿਆਂ ਨੂੰ ਜਿਹੜੀਆਂ ਇੱਥੋਂ ਖਬਰਾਂ ਆਉਂਦੀਆਂ ਅਸੀਂ ਉਹ ਹੀ ਦੇਖਦੇ ਹਾਂ ਫਿਰ ਤੁਹਾਨੂੰ ਕਿੱਦਾਂ ਲੱਗਦਾ ਵੀ ਜਿਹੜਾ 26 ਦੀ ਜਿਹੜੀ ਪਰੇਡ ਆ ਇਹ ਸਾਬੋਦਾਜ ਕਰਨ ਵਾਲੇ ਇਹ ਲੋਕ ਆ ਬਿਲਕੁਲ ਇਹ ਲੋਕ ਨੇ ਬਿਲਕੁਲ ਅਸੀਂ ਤਾਂ ਇੱਕ ਗੱਲ ਕਹਾਂਗੇ ਭਾਈ ਏਕਵੀਰ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਚੁੱਕ ਸਕਦਾ ਹੈ ਹਾਂ ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਆਮ ਲੋਕਾਂ ਦਾ ਕਿੱਥੋਂ ਬਣ ਜਾਊਗਾ ਠੀਕ ਹੈ ਆਮ ਲੋਕਾਂ ਦਾ ਕਿੱਥੋਂ ਬਣ ਜਾਊਗਾ ਉਹ ਬੰਦਾ ਹਾਂਜੀ ਤੇ ਜਿਹੜੀ 25 ਵਾਲੀ ਘਟਨਾ ਥੋੜੀ ਜਿਹੀ ਜਿੱਦਾਂ ਇਹਦੇ ਵੇਰਵਾ ਦਿਓ ਥੋੜਾ ਕਈ ਵਾਰੀ ਲੋਕ ਕਹਿੰਦੇ ਜੇ ਤੁਸੀਂ ਉਦਾਂ ਹੀ ਜਿੱਦਾਂ ਵਿਰੋਧ ਕਰਨਾ ਪੈਣਾ ਤੁਹਾਡੇ ਕੋਈ ਸਬੂਤ ਹੈ ਨਹੀਂ ਗੇ ਉਹਦਾ ਲੱਖੇ ਸਿਧਾਣੇ ਦਾ ਕੀ ਕਸੂਰ ਆ ਤੁਸੀਂ ਆਇਆ ਕਰੋ ਵੀਡੀਓ ਦੇਖ ਲਓ ਜਿਹਦੇ ਵਿੱਚ ਇਹ ਕਹਿ ਰਿਹਾ ਗਾ ਵੀ ਰਿੰਗ ਰੋਡ ਮੂਰਲੇ ਜਾਣਗੇ ਆਪਾਂ ਕੰਧੇ ਰੂੜੀ ਤੇ ਆਪਾਂ ਉਹਨਾਂ ਦੇ ਪਿੱਛੇ ਚੱਲਾਂਗੇ ਠੀਕ ਆ ਤੇ ਔਨ ਰਿਕਾਰਡ ਹੈ ਜੇ ਸਮਰਥਕ ਨੇ ਧਮਕੀ ਦਿੱਤੀ ਆ ਕਿਸਾਨਾਂ ਨੂੰ ਵੀ ਜੇ ਇਹਨੂੰ ਟਾਈਮ ਨਹੀਂ ਬੋਲਣ ਦਾ ਦਿਓਗੇ ਅਸੀਂ ਵੱਢ ਦੇਵਾਂਗੇ ਹਾਂ ਤੇ ਦੂਸਰਾ ਜਦੋਂ ਹੁਣ ਇਹ ਸਾਰੀ ਗੱਲ ਹੋ ਗਈ ਆ ਉਸ ਤੋਂ ਬਾਅਦ ਮਤਲਬ ਆਮ ਲੋਕਾਂ ਦਾ ਕੀ ਵਿਚਾਰ ਆ ਜਦੋਂ ਮਤਲਬ 26 ਵਾਲੀ ਘਟਨਾ ਵਾਪਰ ਵੀ ਗਈ ਆ ਕਿਸਾਨ ਜਥੇਬੰਦੀਆਂ ਨੇ ਆਪਣੇ ਤੌਰ ਤੇ ਦੀਪ ਸਿੱਧੂ ਨੂੰ ਕਹਿ ਦਿੱਤਾ ਵੀ ਇਹਦਾ ਸਮਾਜਿਕ ਬਾਈਕਾਟ ਕਰ ਦਿਓ ਇਹ ਲੋਕ ਹੁਣ ਕਿੱਥੇ ਆ ਹੁਣ ਇਹਨਾਂ ਦੇ ਬਾਰੇ ਲੋਕਾਂ ਦੇ ਕੀ ਵਿਚਾਰ ਆ ਜਾਂ ਤੁਹਾਡੇ ਕੀ ਵਿਚਾਰ ਆ ਲੋਕ ਤਾਂ ਦੇਖੋ ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਸਵਾਲ ਕਰਦੇ ਆ ਹਾਂ ਵੀ ਜੇ ਤੁਸੀਂ ਦੀਪ ਸਿੱਧੂ ਦਾ ਬਾਈਕਾਟ ਕੀਤਾ ਇਕੱਲੇ ਦਾ ਤੁਸੀਂ ਇਕੱਲੇ ਨੂੰ ਦੋਸ਼ੀ ਕਹਿੰਦੇ ਹੋ ਫਿਰ ਇਹਦਾ ਕਿਉਂ ਬਾਈਕਾਟ ਕੀਤਾ ਤੁਸੀਂ ਠੀਕ ਆ ਨਾਲੇ ਰਾਜੇਵਾਲ ਕਹੀ ਜਾਂਦਾ ਇਹ ਬਰਾਬਰ ਦਾ ਦੋਸ਼ੀ ਹੈ ਇਹ ਇਨਵੋਲਵ ਹੈ ਰਾਜੇਵਾਲ ਸਾਹਿਬ ਕਹਿ ਰਹੇ ਨੇ ਨਾ ਹਾਂ ਜੇ ਇਨਵੋਲਵ ਆ ਫਿਰ ਉਹਨੂੰ ਇਕੱਲੇ ਨੂੰ ਕਿਉਂ ਤੁਸੀਂ ਬਾਈਕਾਟ ਕੀਤਾ ਇਹਦਾ ਕਿਉਂ ਨਹੀਂ ਕੀਤਾ ਫਿਰ
ਹਾਂਜੀ ਸਾਡਾ ਰਾਜੇਵਾਲ ਨੂੰ ਪ੍ਰਸ਼ਨ ਹੈ ਇਹ ਠੀਕ ਹੈ ਦੇਖੋ ਦੀਪ ਸਿੱਧੂ ਜਿਹੜਾ ਹੈ ਹਾਂ ਉਹ ਇਹਦੇ ਨਾਲੋਂ ਹਜ਼ਾਰ ਗੁਣਾ ਚੰਗਾ ਹੈ ਉਹ ਕਿੱਦਾਂ ਉਹਦੇ ਅੰਦਰ ਪੰਥਕ ਜਗਦਾ ਹੈ ਸੰਤ ਬਾਬਾ ਜਰਨੈਲ ਸਿੰਘ ਦਾ ਨਾਂ ਲੈਂਦਾ ਹੈ ਠੀਕ ਹੈ ਹਰ ਗੱਲ ਤੇ ਇਹ ਤਾਂ ਕਦੇ ਸੰਤ ਬਾਬਾ ਜਰਨੈਲ ਸਿੰਘ ਦਾ ਨਾਂ ਇਹਦੇ ਤਾਂ ਕਦੇ ਜੀਵ ਟੁੱਟ ਜੇ ਵੀ ਜਿਹਨੇ ਕਦੇ ਨਾਂ ਲਿਆ ਹੋਵੇ ਕਦੇ ਬਾਬਾ ਜਰਨੈਲ ਸਿੰਘ ਦਾ ਨਾਂ ਨਹੀਂ ਲਿਆ ਠੀਕ ਹੈ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦਾ ਨਾਂ ਲੈਂਦਾ ਹੈ ਸਾਨੂੰ ਤਾਂ ਜਾਣ ਤੋਂ ਵੱਧ ਪਿਆਰਾ ਹੈ ਠੀਕ ਹੈ ਤੁਸੀਂ ਜਾਣਦੇ ਹੋ ਸਾਡੇ ਟਕਸਾਲ ਨਾਲ 32 ਸਾਲਾਂ ਦੇ ਪੁਰਾਣੇ ਸੰਬੰਧ ਨੇ ਤੁਹਾਨੂੰ ਸਾਰਾ ਪਤਾ ਹੈ ਹਾਂਜੀ 1988 ਤੋਂ ਠੀਕ ਸਾਡੇ ਲਈ ਤਾਂ ਉਹ ਰੱਬ ਨੇ ਜਿਹੜਾ ਉਹਨਾਂ ਦਾ ਨਾਂ ਲੈਂਦਾ ਹੈ ਦੀਪ ਸਿੱਧੂ ਦਾ ਨਾਂ ਲੈਂਦਾ ਬਾਕੀ ਦੀਪ ਸਿੱਧੂ ਇਹ ਤਾਂ ਭੜਕਾ ਕੇ ਲੱਖਾਂ ਸੁਧਾਣਾ ਤੇ ਇੱਕ ਉਦੋਕੇ ਵਾਲਾ ਵਿਦਵਾਨ ਜਿਹੜਾ ਸੁਖਪ੍ਰੀਤ ਉਦੋਕੇ ਆ ਅੱਛਾ ਉਹ ਵੀ ਇਨਵੋਲਵ ਆ ਉਦੋਕੇ ਵੀ ਇਨਵੋਲਵ ਆ ਇਹਦੇ ਚ ਬਿਲਕੁਲ ਉਹਦਾ ਵੀ ਨਾਂ ਆਉਂਦਾ ਸਰਵਣ ਭੰਡੇਰ ਦਾ ਵੀ ਆਉਂਦਾ ਜਿਹੜਾ ਉਦੋਕੇ ਵਾਲਾ ਵਿਦਵਾਨ ਹੈਗਾ ਆਪਦੇ ਆਪ ਨੂੰ ਡਾਕਟਰ ਕਹਾਉਂਦਾ ਹੈ ਹਾਂਜੀ ਉਹ ਨਾਂ ਤਾਂ ਬਾਬਾ ਜਰਨੈਲ ਸਿੰਘ ਦਾ ਲੈਂਦਾ ਉਹਦੀ ਵਿਚਾਰਧਾਰਾ ਬਿਲਕੁਲ ਉਲਟਾ ਦਸਮ ਗ੍ਰੰਥ ਦਾ ਵਿਰੋਧੀ ਹੈ ਉਹ ਠੀਕ ਹੈ ਗੱਲਾਂ ਖਾਲਿਸਤਾਨ ਦੀਆਂ ਕਰਦਾ ਜਨਾਨੀ ਨਾਲ ਗੱਲਾਂ ਮਾਰਦਾ ਫੜਿਆ ਗਿਆ ਜਦੋਂ ਪੁੱਛਿਆ ਕਿਸੇ ਨੇ ਵੀ ਤੂੰ ਪਰਾਈ ਜਨਾਨੀ ਨਾਲ ਫੋਨ ਤੇ ਗਲਤ ਗੱਲਾਂ ਕਰਦਾ ਸੀ ਕਹਿੰਦਾ ਮੈਂ ਮਿਸ਼ਨ ਤੇ ਸੀਗਾ ਉਹਨੂੰ ਪੁੱਛਣ ਵਾਲਾ ਹੋਵੇ ਤੂੰ ਲਦੇਣ ਹੈ ਵੀ ਤੂੰ ਮਿਸ਼ਨ ਤੇ ਤੂੰ ਅਮਰੀਕਾ ਦਾ ਟਾਵਰ ਢਾ ਦੇਂਗਾ ਪਰ ਬਾਬਾ ਜੀ ਜਿੱਦਾਂ ਇਹ ਗੱਲਾਂ ਚਲੋ ਹੋਈਆਂ ਪਰ ਜਿਹੜਾ ਇਸ ਵੇਲੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਉਹਦਾ ਰੋਲ ਉਹ ਦੱਸੋ ਮਤਲਬ ਉਹਦੇ ਚ ਕਿੱਦਾਂ ਤੁਸੀਂ ਸੋਚਦੇ ਹੋ ਵੀ ਉਹਨਾਂ ਨੇ ਸਾਬੋਤਾਜ ਕਰਨ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਨਿਭਾਈ ਹੈ ਉਹਦਾ ਵੀ ਭੜਕਾਉਣ ਦੇ ਵਿੱਚ ਆ ਉਹ ਵੀ ਰਿੰਗ ਰੋਡ ਵੱਲ ਲਿਜਾਣ ਤੇ ਸੀਗਾ ਇਹ ਨਾ ਤਾਂ ਲੱਖਾਂ ਸੁਧਾਣਾ ਦੇਖਿਆ ਮੁੜ ਕੇ ਲੋਕਾਂ ਨੂੰ ਤਾਂ ਰਿੰਗ ਰੋਡ ਵਾਲੇ ਰਾਹ ਪਾਤਾ ਇਹਨਾਂ ਨੇ ਨਾ ਉਹ ਉਦੋਂ ਪਿਆਲਾ ਦੇਖਿਆ ਅੱਗ ਲਾਈ ਅੱਗ ਲਾ ਕੇ ਜਿਹੜਾ ਡੱਬੀ ਸੀ ਕਹਿੰਦੇ ਕੰਧ ਤੇ ਧਰਤੀ ਅੱਗ ਲਾ ਕੇ ਹਾਂਜੀ ਹਾਂਜੀ ਪ੍ਰਮਾਤੇ ਬਦਾਮੀਆਂ ਮਾਵਾਂ ਦੇ ਪੁੱਤ ਦੀਪ ਸਿੱਧੂ ਇਹਨਾਂ ਨਾਲੋਂ ਚੰਗਾ ਕਿਵੇਂ ਹੈ ਦੀਪ ਸਿੱਧੂ ਤਾਂ ਆਪ ਗਿਆ ਲਾਲ ਕਿਲੇ ਤੇ ਮਰਦਾਂ ਵਾਂਗੂ ਖੜਿਆ ਡਟ ਕੇ ਠੀਕ ਚਾਹੇ ਪੁਲਿਸ ਉਹਦੇ ਗੋਲੀ ਮਾਰਦੀ ਉਹਦਾ ਝੰਡਾ ਢਾ ਕੇ ਆਇਆ ਨਿਸ਼ਾਨ ਸਾਹਿਬ ਲਾ ਕੇ ਆਇਆ ਹਾਂਜੀ ਅਸੀਂ ਤਾਂ ਉਹਨੂੰ ਇਸ ਕਰਕੇ ਚੰਗਾ ਕਹਿਣਿਆ ਉਹਨੇ ਪਿੱਠ ਨਹੀਂ ਵਿਖਾਈ ਪਰ ਲੋਕੀ ਇਹ ਵੀ ਕਹਿੰਦੇ ਆ ਕਿ ਪ੍ਰੋਗਰਾਮ ਨਹੀਂ ਸੀ ਝੰਡਾ ਚਲਾਉਣ ਦੀ ਲੋੜ ਕੀ ਸੀ ਅਸੀਂ ਤਾਂ ਕਾਨੂੰਨ ਰੱਦ ਕਰਾਉਣੇ ਸੀਗੇ ਝੰਡਾ ਥੋੜੀ ਚਲਾਉਣਾ ਸੀਗਾ ਚਲੋ ਅਸੀਂ ਮੰਨ ਲੈਂਦੇ ਹਾਂ ਪਰ ਇਹਨਾਂ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਨਿਸ਼ਾਨ ਸਾਹਿਬ ਨਾਲ ਜਦੋਂ ਜਿਹੜੀ ਗੁਲਬਾਨ ਘਾਟੀ ਹੈ ਉੱਥੇ ਰਾਜਨਾਥ ਸਿੰਘ ਰੱਖਿਆ ਮੰਤਰੀ ਸਾਡੇ ਭਾਰਤ ਦਾ ਉਹ ਆਪ ਚੜਾ ਕੇ ਆਇਆ ਝੰਡਾ ਨਿਸ਼ਾਨ ਸਾਹਿਬ ਠੀਕ ਹੈ ਅਸੀਂ ਵੀ ਗੱਲ ਤੁਹਾਨੂੰ ਅੱਜ ਦਾਅਵੇ ਨਾਲ ਕਹਿਣੇ ਆ ਜੇ ਪੱਕੇ ਤੌਰ ਤੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਸਰਕਾਰ ਚੜਾ ਦੇਵੇ ਦੇਸ਼ ਵਿੱਚ ਸ਼ਾਂਤੀ ਆ ਜੂ ਏਕਤਾ ਦਾ ਪ੍ਰਤੀਕ ਹੈ ਜਿਹੜਾ ਨਿਸ਼ਾਨ ਸਾਹਿਬ ਆ ਠੀਕ ਹੈ ਨਿਸ਼ਾਨ ਸਾਹਿਬ ਪੱਕੇ ਤੌਰ ਤੇ ਲਾਲ ਕਿਲੇ ਤੇ ਝੂੜਾ ਚੰਗਾ ਭਾਵੇਂ ਜਾਣੀ ਕਿਸਾਨਾਂ ਦਾ ਪ੍ਰੋਗਰਾਮ ਨਹੀਂ ਸੀ ਪਰ ਤੁਸੀਂ ਜਿੱਦਾਂ ਇਹ ਸਮਝਦੇ ਵੀ ਕੋਈ ਗਲਤ ਕੰਮ ਨਹੀਂਗਾ ਕੀਤਾ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਇੱਕ ਏਕਤਾ ਦਾ ਪ੍ਰਤੀਕ ਆ ਨਿਸ਼ਾਨ ਸਾਹਿਬ ਤਾਂ ਇਹ ਕਹਿੰਦਾ ਹੈ ਨਿਸ਼ਾਨ ਸਾਹਿਬ ਦਾ ਜਿਹੜਾ ਫਰ ਹੈ ਉਹ ਆਵਾਜ਼ਾਂ ਮਾਰ ਕੇ ਕਹਿੰਦਾ ਭੁੱਖੇ ਨੂੰ ਪ੍ਰਸ਼ਾਦਾ ਮਿਲੂ ਨੰਗੇ ਨੂੰ ਕੱਪੜਾ ਮਿਲੂ ਅਨਾਥ ਨੂੰ ਸ਼ਰਨ ਬੰਦਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਸ਼ਹੀਦਾਂ ਦੀ ਦੇਣ ਹੈ ਠੀਕ ਸਮਝ ਆ ਗਈ ਗੱਲ ਤੁਹਾਨੂੰ ਨਿਸ਼ਾਨ ਸਾਹਿਬ ਤਾਂ ਏਕਤਾ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਜਿਹੜਾ ਤਿਰੰਗਾ ਹੈ ਅਸੀਂ ਤਿਰੰਗੇ ਦਾ ਵੀ ਸਤਿਕਾਰ ਕਰਦੇ ਹਾਂ ਤਿਰੰਗੇ ਦੇ ਉੱਪਰ ਲਾਰਾਂਗੇ ਕੇਸਰੀ ਰੰਗ ਹੈ ਕੇਸਰੀ ਰੰਗ ਹਾਂਜੀ ਨਿਸ਼ਾਨ ਸਾਹਿਬ ਹੁਣ ਜਦੋਂ ਫਤਿਹ ਦਿਵਸ ਮਨਾਉਂਦੇ ਨੇ ਲਾਲ ਕਿਲੇ ਤੇ ਉਦੋਂ ਝੂਲਦਾ ਨਿਸ਼ਾਨ ਸਾਹਿਬ ਠੀਕ ਹੈ ਹਾਂ ਪਰ ਜਿਹੜੀ ਬਾਬਾ ਬਘੇਲ ਸਿੰਘ ਹੋਰਾਂ ਦੀ ਗੱਲ ਹੈ ਨਾ ਜਦੋਂ ਬਾਬਾ ਬਘੇਲ ਸਿੰਘ ਹੋਰਾਂ ਨੇ ਦਿੱਲੀ ਫਤਿਹ ਕਰੀ ਹੈ ਉਹ ਤਾਂ ਉੱਥੇ ਕਈ ਵਰੇ ਰਹੇ ਠੀਕ ਹੈ ਉਹਨਾਂ ਵਰਗਾ ਨਹੀਂ ਬਣ ਸਕਦਾ ਜੇ ਆਪਾਂ ਕਹਿ ਦਈਏ ਦੀਪ ਸਿੱਧੂ ਦੀ ਤੁਲਨਾ ਬਾਬਾ ਬਘੇਲ ਸਿੰਘ ਨਾਲ ਕਰ ਲਾਂਗੇ ਮਤਲਬ ਇਹ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਹੈ ਉਹਨਾਂ ਨੇ ਤਾਂ ਕਈ ਸਾਲ ਰਹਿ ਕੇ ਸੇਵਾ ਕਰਵਾਈ ਅਸੀਂ ਮਤਲਬ ਜੇ ਨਿਸ਼ਾਨ ਸਾਹਿਬ ਚੜਾਤਾ ਕੋਈ ਉੱਥੇ ਬੰਬ ਨਹੀਂ ਡਿੱਗਿਆ ਲਾਲ ਕਿਲੇ ਤੇ ਜਿਹੜਾ ਮੁੱਦਾ ਬਣਾਇਆ ਐਵੇਂ ਬਿਨਾਂ ਗੱਲੋਂ ਹਾਂ ਜਿਹੜਾ ਸਰਕਾਰ ਵੀ ਐਵੇਂ ਰੌਲਾ ਪਾਈ ਜਾਂਦੀ ਆ ਕਹੀ ਜਾਂਦੀ ਆ ਜੀ ਖਾਲਿਸਤਾਨ ਦਾ ਝੰਡਾ ਚੜਾਤਾ ਕਰਤਾ ਉਹ ਕਰਤਾ ਮਤਲਬ ਜੋ ਮੂੰਹ ਦਾ ਉਹ ਬੋਲੀ ਜਾਂਦੀ ਆ ਤੇ ਏਦਾਂ ਲੋਕ ਵੀ ਉਹਨਾਂ ਦੇ ਮਗਰ ਲੱਗ ਕੇ ਉਹੀ ਕਹੀ ਜਾਂਦੇ ਆ ਵੇਖ ਲਿਆ ਕੀ ਮਤਲਬ ਪਰਲੋ ਲਿਆਤੀ ਆ ਜਿਹੜਾ ਉੱਥੇ ਝੰਡਾ ਚੜਾਤਾ ਨਿਸ਼ਾਨ ਸਾਹਿਬ ਚੜਾਇਆ ਨਿਸ਼ਾਨ ਸਾਹਿਬ ਜਿਹੜੀਆਂ ਆਰਮੀ ਦੀਆਂ ਗੱਡੀਆਂ ਨੇ ਸਿੱਖ ਰੈਜੀਮੈਂਟ ਹੈ ਹਾਂਜੀ
ਸਿੱਖ ਰੈਜੀਮੈਂਟ ਤੇ ਝੰਡਾ ਲਾਇਆ ਨਹੀਂ ਹੁੰਦਾ ਆਰਮੀ ਦੀਆਂ ਗੱਡੀਆਂ ਤੇ? ਆ ਠੀਕ ਆ, ਜਦੋਂ ਤਾਂ ਸਿੱਖਾਂ ਨੇ ਸ਼ਹੀਦੀ ਪਾਉਣੀ ਹੈ ਉਦੋਂ ਤਾਂ ਸਰਕਾਰ ਇੰਡੀਆ ਦੀ ਆਪ ਨਿਸ਼ਾਨ ਸਾਹਿਬ ਲਾ ਕੇ ਤੋਰਦੀ ਆ ਵੀ ਮਰੋ ਬਾਰਡਰਾਂ ਤੇ ਜਾ ਕੇ। ਹਾਂ, ਬਾਅਦ ਵਿੱਚ ਹੁਣ ਨਿਸ਼ਾਨ ਸਾਹਿਬ ਨਾਲ ਪ੍ਰੋਬਲਮ ਹੋ ਗਈ ਕੋਈ? ਇਹ ਤੇ ਸਰਕਾਰ ਦੱਸ ਸਕਦੀ ਹੈ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈ ਨਿਸ਼ਾਨ ਸਾਹਿਬ। ਉਹ ਕਈ ਸਾਡੇ ਆਪਣੇ ਕਾਮਰੇਡ ਵਿਰਤੀ ਦੇ ਲੋਕ ਵੱਧ ਰੌਲਾ ਪਾਈ ਜਾਂਦੇ ਨੇ, ਸਰਕਾਰ ਨੇ ਰੌਲਾ ਨੀ ਇੰਨਾ ਪਾਇਆ। ਠੀਕ ਆ, ਆ ਸਰਕਾਰ ਦਾ ਨੀ ਕੋਈ ਮੋਦੀ ਜਾਂ ਉਹਦਾ ਅਮਿਤ ਸ਼ਾਹ ਦਾ ਬਿਆਨ ਨੀ ਆਇਆ, ਆਪਣੇ ਲੋਕਾਂ ਨੂੰ ਵੱਧ ਪ੍ਰੋਬਲਮ ਹੋ ਰਹੀ ਆ ਕਈਆਂ ਨੂੰ। ਹਾਂ, ਇਹਨਾਂ ਦੇ ਜਿੱਦਾਂ ਪਹਿਲਾਂ ਦਾ ਕਈ ਥਾਈ ਤਾਂ ਜਿੱਦਾਂ ਤੁਸੀਂ ਤਾਂ ਮੋਰਚਿਆਂ ਚ ਵੀ ਜਾਂਦੇ ਰਹੇ ਆ, ਇਹ ਵੀ ਹੁੰਦਾ ਸੀਗਾ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਕਹਿਣੀ ਨਾਰੇ ਤੋਂ ਬਈ ਮਤਲਬ ਤਕਲੀਫ ਹੈ ਜਿੱਦਾਂ ਕੋਈ ਬਿਮਾਰੀ ਚਿੰਬੜ ਜਾਊਗੀ ਨਾਰਾ ਲਾਉਣ ਨਾ ਜਾਂ। ਠੀਕ ਹੈ, ਮੰਨਦੇ ਆ ਸਿੱਖਾਂ ਦਾ ਸੰਘਰਸ਼ ਨਹੀਂ ਪੰਜਾਬੀਆਂ ਦਾ ਨਹੀਂ ਗਾ, ਸਾਰੇ ਦੇਸ਼ ਦਾ ਆ, ਪਰ ਜਿਹੜੇ ਜਿਹੜੇ ਧਰਮ ਨੂੰ ਜਿਹੜਾ ਲੋਕ ਮੰਨਦਾ ਉਹ ਤਾਂ ਉਹੀ ਨਾਰਾ ਲਾਊਗਾ ਨਾ। ਗੱਲ ਸੁਣੋ, ਅਸੀਂ ਸੱਖ ਦੇ ਇੱਥੇ ਧਰਨਾ ਰਿਹਾ ਨਾਭੇ, ਅਸੀਂ ਮਤਲਬ ਸਾਖੇ ਨੇ ਇੱਥੋਂ ਲੰਗਰ ਭੇਜਿਆ। ਠੀਕ ਆ, ਅਸੀਂ ਪੁੱਛਣਾ ਚਾਹੁੰਦੇ ਇਹਨਾਂ ਲੋਕਾਂ ਤੋਂ ਵੀ ਤੁਸੀਂ ਸਾਡੇ ਅੰਦਰੋਂ ਧਰਮ ਕਿਵੇਂ ਕੱਢ ਦੋਗੇ ਜੇ ਸਾਡੇ ਤਾਂ ਰੋਮ ਰੋਮ ਚ ਧਰਮ ਰਚਿਆ ਹੋਇਆ ਹੈ? ਜਿਹੜੇ ਜਿਹੜੇ ਬੰਦੇ ਦੇ ਰੋਮ ਰੋਮ ਚ ਧਰਮ ਰਚਿਆ ਤੁਸੀਂ ਕਿਵੇਂ ਕੱਢ ਦੋਗੇ ਧਰਮ ਉਹਦੇ ਅੰਦਰੋਂ? ਹਾਂ, ਧਰਮ ਦੇ ਆਸਰੇ ਸੰਸਾਰ ਖੜਾ ਹੈ, ਇਹ ਵੀ ਭੁਲੇਖਾ ਬਾਬਾ ਜੀ, ਇਹਨਾਂ ਦਾ ਕੱਢਣਾ ਪਊਗਾ ਤੁਹਾਡੇ ਵਰਗੇ ਧਾਰਮਿਕ ਲੋਕਾਂ ਨੂੰ ਵੀ। ਸੰਘਰਸ਼ ਇਕੱਲਾ ਕਾਮਰੇਡਾਂ ਦਾ ਨਹੀਂ ਗਾ, ਕਿਸਾਨ ਹਰ ਕੋਈ ਕਿਸਾਨ ਆ, ਕੋਈ ਵੀ ਹੋ ਸਕਦਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਕਿਸਾਨ। ਹੁਣ ਅਸੀਂ ਵੀ ਤਾਂ ਫਾਰਮਰ ਆ, ਅਸੀਂ ਖੇਤੀ ਕਰਦੇ ਆ, ਸਾਡੇ ਦਾਦਾ ਜੀ ਦੀ ਜ਼ਮੀਨ ਹੈ। ਹਾਂ ਠੀਕ ਹੈ, ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਪ ਕਿੰਨੇ ਸਾਲ ਹੱਥੀ ਕਣਕ ਵੱਢੀ ਹੈ। ਠੀਕ ਆ, ਤੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਪ੍ਰੋਬਲਮ ਹੈ, ਇਹਨਾਂ ਨੂੰ ਕਹਿਣਾ ਵੀ ਆ ਜਾਓ ਸਾਡੇ ਬਰਾਬਰ, ਤੁਸੀਂ ਕਣਕ ਵੱਢ ਕੇ ਦਿਖਾਓ, ਅਸੀਂ ਬਾਣੀ ਦਾ ਪਾਠ ਕਰਾਂਗੇ, ਤੁਸੀਂ ਆ ਜਾਓ, ਜਿਹਨਾਂ ਨੂੰ ਫਤਿਹ ਨਾਲ ਪ੍ਰੋਬਲਮ ਹੈ। ਹਾਂਜੀ, ਇਹ ਇਸ਼ੂ ਆਉਣਾ ਹੀ ਨੀ ਚਾਹੀਦਾ ਉੱਥੇ ਤੇ, ਜਿੱਦਾਂ ਇੱਕ ਮਤਲਬ ਸੱਭਿਆਚਾਰ ਜਿੱਦਾਂ ਸਾਰੇ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਆ, ਇਹ ਹੋਣਾ ਚਾਹੀਦਾ ਉੱਥੇ, ਹੋਣਾ ਹੀ ਨੀ ਚਾਹੀਦਾ ਵੀ ਖਾਲਿਸਤਾਨੀ ਆ, ਇਹ ਹੈਗਾ ਕਾਮਰੇਡ ਆ, ਇਹ ਫਲਾਨਾ ਆ ਧਮਕੜਾ, ਇਹ ਗੱਲ ਖਤਮ ਕਰ ਦੇਣੀ ਚਾਹੀਦੀ ਆ। ਬਿਲਕੁਲ, ਆਪ ਲਹੋ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਹਾਂਜੀ ਨੂਰ ਤੇ ਸਭ ਜਗ ਉਪਜਿਆ ਪਾਉਣ ਭਲੇ ਤੋਂ ਮੰਦੇ। ਹਾਂਜੀ, ਸਾਡੇ ਕੋਲੇ ਕਈ ਕਾਮਰੇਡ ਵੀਰ ਵੀ ਆਉਂਦੇ ਨੇ, ਫਤਿਹ ਬੁਲਾਉਂਦੇ ਨੇ, ਇੱਥੇ ਗੱਲਬਾਤ ਵੀ ਕਰਾਉਂਦੇ ਹੈ, ਆਪਾਂ ਤਾਂ ਸਭ ਦਾ ਸਤਿਕਾਰ ਕਰਦੇ ਹਾਂ, ਸਾਰਿਆਂ ਚ ਪਰਮੇਸ਼ਵਰ ਦੀ ਜੋਤ ਪਰਿਪੂਰਨ ਹੈ। ਹਾਂਜੀ, ਅਸੀਂ ਹੁਣ ਦਿੱਲੀ ਮੋਰਚੇ ਚ ਗਏ ਪਰ ਸਟੇਜ ਤੇ ਨਹੀਂ ਗਏ, ਕਿਉਂਕਿ ਅਸੀਂ ਹਰ ਸਟੇਜ ਤੇ ਸੰਤ ਬਾਬਾ ਜਰਨੈਲ ਸਿੰਘ ਦਾ ਨਾਂ ਲੈਣੀ ਲੈਣਾ ਹੈ, ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਨਿਤਨੇਮ ਹੈ। ਅੱਛਾ ਜੀ, ਰੋਜ਼ਾਨਾ ਉਹਨਾਂ ਨੂੰ ਯਾਦ ਕਰਨਾ ਹੀ ਕਰਨਾ ਹੈ। ਸਾਨੂੰ ਇਹ ਸੀ ਮੈਂ ਕਿਹਾ, ਜੇ ਅਸੀਂ ਸਟੇਜ ਤੇ ਬਾਬਾ ਜਰਨੈਲ ਸਿੰਘ ਦਾ ਨਾਂ ਲੈ ਤਾਂ ਹੋ ਸਕਦਾ ਉੱਥੇ ਕੋਈ ਕੋਰਟ ਵਿਰਤੀ ਵਾਲਾ ਬੈਠਾ ਹੋਵੇ, ਸਾਡੀ ਗੱਲ ਕੱਟ ਦੇਵੇ, ਫਿਰ ਸਾਥੋਂ ਬਰਦਾਸ਼ਤ ਨਹੀਂ ਹੋਣੀ। ਬਾਬਾ ਜਰਨੈਲ ਸਿੰਘ ਦੀ ਵਿਰੋਧਤਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਭਾਵੇਂ ਕੋਈ ਸਾਡਾ ਸਤਾ ਕਰੇ ਚਾਹੇ ਕੋਈ ਬਗਾਨਾ ਕਰੇ, ਬਾਬਾ ਜਰਨੈਲ ਸਿੰਘ ਦੀ ਨਿੰਦਿਆ ਅਸੀਂ ਨਹੀਂ ਸੁਣ ਸਕਦੇ। ਹਾਂਜੀ ਬਾਬਾ ਜੀ, ਇਹ ਤਾਂ ਜਿੱਦਾਂ ਸੋਚ ਆ ਤੁਹਾਡੀ, ਤੁਸੀਂ ਪਹਿਲਾਂ ਤੋਂ ਇਸ ਪਾਸੇ ਵੱਲ ਜੁੜੇ ਹੋਏ, ਜਿੱਦਾਂ ਆਪਾਂ ਮੁੜ ਕੇ ਉੱਥੇ ਆਉਂਦੇ ਹਾਂ ਬਈ, ਹੁਣ ਜਿੱਦਾਂ ਜਿਹੜਾ ਉਦੋਂ ਬਾਅਦ ਘਟਨਾਵਾਂ ਵਾਪਰ ਰਹੀਆਂ ਆ, ਜਿੱਦਾਂ ਜਿਹੜੇ ਉੱਥੇ ਮਤਲਬ ਗਾਜੀਪੁਰ ਬਾਰਡਰ ਤੇ ਲੈ ਲਈਏ, ਜਿੱਦਾਂ ਇੱਥੇ ਸਿੰਘੂ ਬਾਰਡਰ ਤੇ ਲੈ ਲਈਏ, ਤੇ ਮਤਲਬ ਕਹਿੰਦੇ ਆ ਜੀ ਲੋਕ ਪਿੰਡਾਂ ਦੇ ਆ ਗਏ ਤੇ, ਪਰ ਬਾਅਦ ਚ ਪਤਾ ਲੱਗਾ ਵੀ ਇਹ ਸਰਕਾਰੀ ਕੁਛ ਫੈਟਣਾ ਜਾਂ ਸਰਕਾਰੀ ਲੋਕ ਆਏ, ਤੁਹਾਡੀ ਨਜ਼ਰ ਚ ਕੀ ਆ, ਤੁਹਾਡੇ ਕੋਲ ਕੀ ਰਿਪੋਰਟ ਆ? ਸਾਡਾ ਮਨ ਕਹਿੰਦਾ ਉਹ ਸਰਕਾਰੀ ਲੋਕ ਸੀਗੇ, ਉਹ ਕਾਰਨ ਕੀ ਆ, 26 ਤਰੀਕ ਨੂੰ ਆ ਜਿਹੜੀ ਲੱਖੇ ਸਿਧਾਣੇ ਵਰਗਿਆਂ ਨੇ ਕਰਤੂਤ ਕਰੀ ਆ 25 ਦੀ ਰਾਤ ਨੂੰ, ਹਾਂਜੀ ਇਹਨਾਂ ਨੇ ਕਰਤੂਤ ਕਰਨ ਕਰਕੇ ਹੀ ਇਹ ਘਟਨਾਵਾਂ ਵਾਪਰ ਰਹੀਆਂ ਨੇ। ਠੀਕ ਆ, ਇਹਨਾਂ ਨੇ ਮੌਕਾ ਦਿੱਤਾ ਸਰਕਾਰ ਨੂੰ, ਤੁਸੀਂ ਇਹ ਸਮਝਦੇ ਵੀ ਇਹਨਾਂ ਇਹ ਮੌਕਾ ਨਾ ਦਿੰਦੇ ਤੇ ਗੱਲਾਂ ਹੋਣੀਆਂ ਨਹੀਂ ਸੀ, ਬਿਲਕੁਲ ਨਹੀਂ ਸੀ ਹੋਣੀਆਂ, ਜਾਂ ਫਿਰ ਤੁਸੀਂ ਝੰਡਾ ਚੜਾਉਣ ਨਾਲ ਜਾਂਦੇ, ਦੀਪ ਸਿੱਧੂ ਤਾਂ ਆਪ ਗਿਆ। ਠੀਕ ਆ, ਉਦੋਂ ਪਿਆਲਾ ਤੇ ਲੱਖਾਂ ਫਿਰ ਖੁੱਡ ਤੇ ਕਾਹਨੂੰ ਲੁਕੇ? ਹਾਂ, ਇਹਨਾਂ ਨੇ ਮੁੜ ਕੇ ਕੋਈ ਪ੍ਰਤੀਕਰਮ ਵੀ ਨਹੀਂ ਦਿੱਤਾ ਉਹਦੇ ਤੇ, ਮੇਰੇ ਖਿਆਲ ਲੱਖਿਆ ਸਿਧਾਣੀ ਦੀ ਇੱਕ ਵੀਡੀਓ ਆਈ ਆ ਸੁਖਪ੍ਰੀਤ, ਤੇ ਉਦੋਂ ਕੇ ਦਾ ਤਾਂ ਪਤਾ ਨੀ ਕੀ ਪ੍ਰਤੀਕਰਮ ਆਇਆ ਹੋਵੇ, ਮੈਂ ਨੀ ਦੇਖਿਆ। ਲੇਕਿਨ ਭਾਈ ਰਣਵੀਰ ਸਿੰਘ ਜੀ, ਇਹਨਾਂ ਲੋਕਾਂ ਨੇ ਨਾ ਖਾਲਸਾ ਦਾ ਨਾਰਾ ਮਾਰ ਕੇ ਬੜੀਆਂ ਮਾਵਾਂ ਦੇ ਪੁੱਤ ਮਰਵਾਏ ਨੇ, ਆਪੇ ਖੁੱਡਿਆਂ ਚ ਲੁਕ ਜਾਂਦੇ ਨੇ, ਸਾਡੀ ਕੌਮ ਦੇ ਵਿੱਚ ਯੋਧਿਆਂ ਦੀ ਕੋਈ ਘਾਟ ਨਹੀਂ। ਠੀਕ ਆ, ਹੁਣ
देखो जेड़े सूरमे होंगे ने कुरबानी करने वाले कदे गरजदे ने जेड़े वो वरसदे नहीं हुण एक भाई प्रगट सिंह जर्मन च रहिंदे ने हाँ जी असी हिस्टरी पढ़ी आ प्रगट सिंह की देखो इहनू कहिंदे ने सूरमगती रवैरो डीजीपी हुंदा सी प्रगट सिंह ने उस रवैरो नूं ते प्रगट दे साथियां ने रोमानिया जाके ठोकिया सी ठीक है इहनां नूं कहिंदे ने सूरवीर योधे ਦਿੰਦੇ ਵਰਗੇ ਠੀਕ ਆ ਜਿਹੜੇ ਲੱਖੇ ਸਿਧਾਣੇ ਵਰਗੇ ਨੇ ਤਾਂ ਗਰੀਬਾਂ ਨੂੰ ਕੁੱਟਣ ਵਾਲੇ ਨੇ ਕਿਹੜਾ ਕਿਹੜਾ ਕੀ ਸੂਰਮ ਗਤੀ ਹੈ ਅੱਜ ਤੱਕ ਲੋਕਾਂ ਦੇ ਕੁੱਤਾਂ ਨੂੰ ਉਂਗਲ ਲਾ ਕੇ ਮਰਵਾਉਂਦਾ ਆਪ ਆਪ ਖੁੱਡੇ ਚ ਕਾਹਨੂੰ ਰੁਕਦਾ ਫਿਰ ਜਿੱਦਾਂ ਬਾਬਾ ਜੀ ਤੁਸੀਂ ਕਹਿੰਦੇ ਤੁਹਾਨੂੰ ਵੀ ਪਹਿਲਾਂ ਤੁਸੀਂ ਵੀ ਸਨਮਾਨ ਕਰਨ ਲੱਗੇ ਬਾਹਰ ਲੋਕ ਹਾਲੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆ ਕਿ ਬਹੁਤ ਵੱਡਾ ਸਮਾਜ ਸੇਵੀ ਆ ਇਹਨੂੰ ਮਤਲਬ ਤੁਸੀਂ ਜੇ ਕੋਈ ਚੰਗਾ ਮਾੜਾ ਬੋਲਦਾ ਤੇ ਉਹਦੇ ਲਈ ਲੋਕੀ ਬਹੁਤ ਗਲਤ ਕਮੈਂਟ ਕਰਨ ਲੱਗ ਪੈਂਦੇ ਆ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਹੋ ਸਕਦਾ ਤੁਹਾਡੇ ਨਾਲ ਵੀ ਨਾਰਾਜ਼ੀ ਪ੍ਰਗਟਾਉਣ ਵੀ ਇਹ ਲੱਖੇ ਸਿਧਾਣੇ ਬਾਰੇ ਇੱਦਾਂ ਕਿਉਂ ਕਹਿ ਰਹੇ ਆ ਉਹ ਲੱਖਾ ਸਿਧਾਣਾ ਵੀ ਟਰੰਪ ਹੈ ਸਾਨੂੰ ਡਰ ਨਹੀਂ ਮਾਰਿਆ ਆਈ ਡੋਂਟ ਕੇਅਰ ਫਾਰ ਦੈਟ ਸਾਨੂੰ ਪਰਵਾਹ ਨਹੀਂ ਕਿਸੇ ਦੀ ਹਾਂਜੀ ਹਾਂਜੀ ਬਾਬਾ ਜਰਨੈਲ ਸਿੰਘ ਖਾਲਸਾ ਦੀ ਕਿਰਪਾ ਹੈ ਤਾਂ ਸੁਣੋ ਹਾਂਜੀ ਇਹ ਲੋਕਾਂ ਦੀ ਅਣਖ ਮਰੀ ਹੋਈ ਹੈ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਉਂਗਲ ਚੁੱਕਦਾ ਹੈ ਸਾਡੇ ਇਤਿਹਾਸ ਗ੍ਰੰਥਾਂ ਤੇ ਉਂਗਲ ਚੁੱਕਦਾ ਇਹ ਉਹਨੂੰ ਚੰਗਾ ਕਹਿੰਦੇ ਨੇ ਜਿਹੜਾ ਗੁਰੂ ਦਾ ਨਹੀਂ ਬਣਿਆ ਤਾਂ ਲੋਕਾਂ ਦਾ ਕੀ ਬਣੂ ਮੈਂ ਇਹੀ ਗੱਲ ਕਰ ਰਿਹਾ ਵੀ ਜਿਹੜੇ ਫੇਸਬੁੱਕੀ ਜਰਨੈਲ ਆ ਜਾਂ ਮਤਲਬ ਤੁਹਾਨੂੰ ਪਤਾ ਤੁਸੀਂ ਵੀ ਦੇਖਦੇ ਆ ਸੋਸ਼ਲ ਮੀਡੀਆ ਤੇ ਫਿਰ ਬਹੁਤ ਲੱਗ ਪੈਂਦੇ ਆ ਉਲਟਾ ਸਿੱਧਾ ਬੋਲਣ ਵੀ ਉਹ ਉਹਨਾਂ ਦੇ ਦਿਮਾਗ 'ਚ ਇੱਦਾਂ ਹੈ ਕਿ ਲੱਖਾ ਸਿਧਾਣਾ ਬਹੁਤ ਵੱਡਾ ਸਮਾਜ ਸੇਵੀ ਆ ਬਿਲਕੁਲ ਗਲਤ ਹੈ ਉਹਨਾਂ ਦੇ ਦਿਮਾਗ 'ਚ ਤੁਹਾਨੂੰ ਦੱਸ ਦਿੱਤਾ ਵੀ ਬੰਦਾ ਨਾ ਸਾਡੇ ਇਮੋਸ਼ਨਲ ਬੜੇ ਨੇ ਅਸੀਂ ਤਾਂ ਤੁਹਾਨੂੰ ਖੁਦ ਕਹਿ ਰਹੇ ਹਾਂ ਵੀ ਅਸੀਂ ਤਾਂ ਇੱਕ ਵਾਰ ਆਪੇ ਤੋਂ ਇੰਪ੍ਰੈਸ ਹੋ ਗਏ ਸੀ ਅੱਛਾ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਨੇ ਉਂਗਲ ਚੁੱਕੀ ਆ ਸਾਡੇ ਮਨ 'ਚ ਫੇਰ ਆਇਆ ਵੀ ਇਹਦਾ ਬੰਦਾ ਗਲਤ ਆ ਇਹ ਉਦਾਂ ਵੀ ਮਹਾਂਪੁਰਖਾਂ ਬਾਰੇ ਇੱਦਾਂ ਕਹਿੰਦਾ ਰਹਿੰਦਾ ਵੀ ਚਿੱਟੀ ਸਿਉਂ ਗਿਆ ਇੱਦਾਂ ਜੇ ਵਗੈਰਾ ਵਗੈਰਾ ਇੱਦਾਂ ਦੇ ਵੀ ਬਿਆਨ ਆਉਂਦੇ ਰਹਿੰਦੇ ਆ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਹਾਂ ਇੱਕ ਇਹਦਾ ਬਾਬਾ ਦਾ ਪ੍ਰਦੀਪ ਆ ਪਤਾ ਨੀ ਹਰਦੀਪ ਮਹਾਰਾਜ ਵਾਲਾ ਮਹਿਰਾਜ ਵਾਲਾ ਹਰਦੀਪ ਸਿੰਘ ਮਹਿਰਾਜ ਬਾਬਾ ਹਰਦੀਪ ਸਿੰਘ ਮਹਿਰਾਜ ਹਾਂਜੀ ਤੇ ਉਹਨੂੰ ਇਹ ਧਾਰਾ ਲੈਣ ਨੂੰ ਬਾਬਾ ਕਹਿੰਦਾ ਉਹ ਵੀ ਚਿੱਟੀ ਸਿਉਂ ਖੋੜੀ ਚਿੱਟੇ ਕੱਪੜੇ ਪਾਉਂਦਾ ਹਾਂ ਉਹ ਬਹੁਤਾ ਚੰਗਾ ਇਹ ਆਪ ਬਹੁਤਾ ਚੰਗਾ ਇਹ ਦੱਸੋ ਸਾਨੂੰ ਇਹ ਬੰਦਾ ਉਹ ਹੈ ਨਹੀਂ ਨਹੀਂ ਜੀ ਇਹ ਲੋਕਾਂ ਦੀ ਜ਼ਮੀਰ ਮਰੀ ਹੋਈ ਆ ਜਿਹੜੇ ਇਹਨੂੰ ਚੰਗਾ ਸਮਝਦੇ ਨੇ ਤੁਹਾਨੂੰ ਫੇਰ ਕਹਿੰਦੇ ਆ ਦੀਪ ਸਿੱਧੂ ਹੈਜ਼ ਨੋ ਕ੍ਰਿਮੀਨਲ ਰਿਕਾਰਡ ਦੀਪ ਸਿੱਧੂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇਹਦੇ ਨੂੰ ਹਜ਼ਾਰ ਗੁਣਾ ਚੰਗਾ ਹੁਣ ਇਹ ਲਾਈਵ ਹੋ ਕੇ ਦੀਪ ਸਿੱਧੂ ਦੇ ਸਿਰ ਭਾਂਡਾ ਭੰਨਣਾ ਚਾਹੁੰਦਾ ਇਹ ਇਹਦੀਆਂ ਗੱਲਾਂ 'ਚੋਂ ਅਸੀਂ ਜੱਜਮੈਂਟ ਕਰੀ ਹੈ ਅੱਛਾ ਜੀ ਆਪ ਬਰੀ ਹੋਣਾ ਚਾਹੁੰਦਾ ਹੁਣ ਸਫਾਈਆਂ ਦਿੰਦਾ ਹੈ ਆਪਦੇ ਚੇਲਿਆਂ ਚਾਕੜਿਆਂ ਤੋਂ ਫੇਸਬੁੱਕ ਤੇ ਕਹਿੰਦਾ ਵੀ ਆਓ ਇਕੱਠੇ ਹੋਵੋ ਵੀ ਮੈਨੂੰ ਕਿਤੇ ਕਿਸਾਨ ਜਥੇਬੰਦੀਆਂ ਦੁਬਾਰੇ ਗਲਤੀ ਨਾ ਕਰ ਲੈਣ ਇਹਨੂੰ ਮਾਫ਼ ਕਰਨ ਦੀ ਅੱਛਾ ਜੀ ਇਹ ਬੁੱਕਲ ਦਾ ਸੱਪ ਹੈ ਇੱਕ 10 ਦਿਨ ਪਹਿਲਾਂ ਇੱਕ ਅਕਾਲੀ ਆਗੂ ਦੀ ਅਸੀਂ ਇੰਟਰਵਿਊ ਸੁਣੀ ਬੰਟੀ ਰਮਾਨ ਹੈ ਅਕਾਲੀ ਆਗੂ ਹਾਂਜੀ ਹੈਗਾ ਸੁਣਿਆ ਹਾਂਜੀ ਹਾਂ ਬਾਬੇ ਦਾਦੂਵਾਲ ਤੋਂ ਵੀ ਅਸੀਂ ਸੁਣੀ ਹੈ ਇਹ ਗੱਲ ਇੱਕ ਇਹਦਾ ਕੋਈ ਦੋਸਤ ਸੀਗਾ ਆਮਣਾ ਆਮਣਾ ਅੱਛਾ ਜੀ ਉਸ ਬੰਦੇ ਨੂੰ ਘਰੇ ਪਾ ਕੇ ਇਹਨੇ ਬੰਦਿਆਂ ਤੋਂ ਮਰਵਾਉਂਦਾ ਸੀ ਇਹਦਾ ਯਾਰ ਮਾਰਗਦਾਰ ਹੈ ਇਹ ਸਾਡੇ ਲੋਕ ਪਤਾ ਨੀ ਕਿਉਂ ਨੀ ਸੰਭਲਦੇ 2000 ਇਹ ਤਾਂ ਖੁਦ ਪੋਲੀਟੀਕਲ ਬੰਦਾ ਹੈ ਇਹ ਬਾਦਲਾਂ ਨੂੰ ਗਾਲਾਂ ਕੱਢਦਾ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਮਨਪ੍ਰੀਤ ਬਾਦਲ ਕੌਣ ਹੈ ਜਿਹਦੀ ਟਿਕਟ ਤੇ ਤੂੰ ਚੋਣ ਲੜਿਆ ਸੀ 2012 ਚ ਪੀਪੀ ਪਾਰਟੀ ਚ ਚੋਣ ਲੜਿਆ ਫਿਰ ਮਨਪ੍ਰੀਤ ਬਾਦਲ ਵੀ ਤਾਂ ਬਾਦਲਾਂ ਦਾ ਹੀ ਹੈ ਹਾਂ ਉਹਨਾਂ ਦਾ ਉਹ ਵੀ ਤਾਂ ਪੋਲੀਟਿਕਸ਼ੀਅਨ ਹੀ ਆ ਮਤਲਬ ਸਿਆਸੀ ਆ ਪਹਿਲਾਂ ਇਹ ਮਲੂਕੇ ਦਾ ਚਮਚਾ ਸੀ ਹੁਣ ਇਹਦੀ ਸਪੋਰਟ ਜਿਹੜੀ ਕਰਦਾ ਸ਼ਾਇਦ ਮਨਪ੍ਰੀਤ ਬਾਦਲ ਕਰਦਾ ਤਾਂਹੀਓ ਹਰ ਜਗ੍ਹਾ ਜਾ ਕੇ ਪੰਗਾ ਲੈ ਲੈਂਦਾ ਅੱਛਾ ਜੀ ਇਹ ਤਾਂ 2 ਮਹੀਨੇ ਪਹਿਲਾਂ ਇੱਕ ਗਰੀਬ ਬੰਦਾ ਕੁੱਟਿਆ ਇਹਨੇ ਉਹਨੂੰ ਐਂ ਕਰਕੇ ਕੁੱਟਿਆ ਵੀ ਉਹ ਮੂਸੇ ਵਾਲਾ ਕੋਈ ਗਾਉਣ ਵਾਲਾ ਹੈ ਉਹਦਾ ਵੀ ਕੋਈ ਫੈਨ ਹੈ ਉਹ ਵੀ ਤੁਹਾਨੂੰ ਵੀਡੀਓ ਭੇਜਾਂਗੇ ਉਹ ਰੋਂਦਾ ਵਿਚਾਰਾ ਉਹਨੂੰ ਕੁੱਟ ਕੇ ਫਿਰ ਇਹ ਕਿਸਾਨੀ ਵੋਟ ਤੇ ਚਵਾ ਗਿਆ ਠੀਕ ਆ ਉਹਦਾ ਨਾਮ ਪੱਪੂ ਦਿਓ ਕਰਕੇ ਆ ਕੋਈ ਆਪ ਖੁਦ ਆ ਬਾਬਾ ਦਾਦੂਵਾਲ ਨੇ ਪਿਛਲੇ ਸਾਲ ਦੱਸਿਆ ਹੈ ਔਨ ਰਿਕਾਰਡ ਹੈ ਕੋਈ ਮੁੱਕਰ ਨਹੀਂ ਸਕਦਾ ਇਸ ਬਿਆਨ ਤੋਂ ਹੁਣ ਡਾਕਟਰਾਂ ਦੇ ਜਾ ਵਰਦਾ ਡਾਕਟਰਾਂ ਤੋਂ ਪਹਿਲਾਂ ਰੌਲਾ ਪਾਉਂਦਾ ਫਿਰ ਉਹਨਾਂ ਤੋਂ ਫਰੋਤੀਆਂ ਲੈਂਦਾ ਠੀਕ ਹੈ
ਮਤਲਬ ਕਹਿਣ ਦਾ ਵੀ ਇਹ ਲੋਕ ਮਤਲਬ ਸਹਿਰਦ ਨੀਗੇ ਕੌਮ ਦੇ ਨਾਲ ਪੰਜਾਬ ਦੇ ਨਾਲ ਜਾਂ ਇਹ ਜਿਹੜੇ ਮੋਰਚੇ ਦੇ ਨਾਲ ਸਹਿਰਦ ਨੀਗੇ ਬਾਕੀ ਕੋਈ ਸਹਿਰਦ ਹੋਵੇ ਨਾ ਹੋਵੇ ਇਹ ਬੰਦੇ ਦਾ ਤਾਂ ਰਿਕਾਰਡ ਬੋਲਦਾ ਇਹ ਤਾਂ ਬਿਲਕੁਲ ਸਹਿਰਦ ਨਹੀਂ ਠੀਕ ਹੈ ਤੇ ਫਿਰ ਜਦੋਂ ਇੱਦਾਂ ਦੇ ਬੰਦੇ ਅੱਗੇ ਆ ਜਾਂਦੇ ਆ ਤੇ ਲੋਕ ਕਰਨਗੇ ਉਹਨਾਂ ਨੂੰ ਸੁਚੇਤ ਕਿੱਦਾਂ ਕੀਤਾ ਜਾਵੇ ਲੋਕਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਸੁਚੇਤ ਕਰਤਾ ਛੱਬੀ ਵਾਲੀ ਘਟਨਾ ਤੋਂ ਬਾਅਦ ਜੇ ਹੁਣ ਮਨਾ ਸੰਭਲੇ ਤਾਂ ਇਹਨਾਂ ਲੋਕਾਂ ਦਾ ਰੱਬ ਰਾਖਾ ਮਰੀ ਜ਼ਮੀਰ ਹੋਏ ਵਾਲੇ ਲੋਕ ਨੇ ਇਹ ਜਾਂ ਸਾਨੂੰ ਕੱਢ ਲੈਣ ਜਿਹਨੇ ਫੇਸਬੁੱਕ ਤੇ ਗਾਲਾਂ ਕੱਢੀਆਂ ਨੇ ਅਸੀਂ ਤਾਂ ਸੱਚ ਕਹਾਂਗੇ ਠੀਕ ਆ ਇਹ ਜਿੱਦਾਂ ਬਾਬਾ ਜੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਵੀ ਦੇਖਿਆ ਬਹੁਤ ਮਤਲਬ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕਾਂ ਦੀ ਕੀ ਰਾਏ ਆ ਵੀ ਜਿੱਦਾਂ ਹੁਣ ਜਿਹੜਾ ਇਸ ਵੇਲੇ ਬਹੁਤ ਲੋਕਾਂ ਦਾ ਜੀ ਲੋਕ ਵਾਪਸ ਮੁੜੇ ਆਏ ਆ ਉੱਥੇ ਹੁਣ ਹੈ ਨੀ ਗੇ ਤੁਹਾਨੂੰ ਤੁਸੀਂ ਇਹ ਜਿਹੜੀ ਇਸ ਵੇਲੇ ਗਰਾਊਂਡ ਰਿਪੋਰਟ ਕੀ ਆ ਦੇਖੋ ਜੀ ਜਿਹੜਾ ਟਕੈਤ ਸਾਹਿਬ ਆ ਨਾ ਟਕੈਤ ਸਾਹਿਬ ਦੇ ਜਿਹੜੇ ਹੰਝੂ ਸੀ ਉਹਦੇ ਸੱਚੇ ਹੰਝੂ ਸੀ ਉਹ ਹੰਝੂ ਨਹੀਂ ਸੀ ਉਹ ਸੰਜੀਵਨੀ ਬੂਟੀ ਦਾ ਕੰਮ ਕਰਦੇ ਆਈ ਸਲਿਊਟ ਟੂ ਟਕੈਤ ਸਾਹਿਬ ਅਸੀਂ ਟਕੈਤ ਸਾਹਿਬ ਨੂੰ ਸਨਮਾਨਿਤ ਕਰਾਂਗੇ ਟਕੈਤ ਸਾਹਿਬ ਨੂੰ ਨਮਸਕਾਰ ਹੈ ਉਹਨਾਂ ਨੂੰ ਸਲੂਟ ਆ ਟਕੈਤ ਸਾਹਿਬ ਨੇ ਮੋਰਚੇ ਚ ਜਾਣ ਪਾਤੀ ਦੁਬਾਰਾ ਜਾਣ ਪਾਤੀ ਨਹੀਂ ਤਾਂ ਇੱਧਰ ਆਪਣੇ ਜਿਹੜੇ ਪੰਜਾਬ ਦੀਆਂ 32 ਜਥੇਬੰਦੀਆਂ ਜਾਂ ਬਾਕੀ ਜਿਹੜੇ ਜਿੱਦਾਂ ਪੰਧੇਰ ਹੋਣਾਂ ਦੀ ਬੱਤੀ ਜਥੇਬੰਦੀ ਆ ਉਹ ਹਰੇਕ ਵਾਰੀ ਵੱਖਰਾ ਹੀ ਰੱਖਦੇ ਆ ਪ੍ਰੋਗਰਾਮ ਹਾਲੇ ਵੀ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੁਣ ਪੰਧੇਰ ਦੀ ਸੁਣ ਲਓ ਅੱਗ ਲਾ ਕੇ ਡੱਬੀ ਕੰਧ ਤੇ ਧਰਨ ਵਾਲਾ ਉਹਦੋਂ ਰਿਕਾਰਡਿੰਗ ਹੈ ਏਟੀਵੀ ਤੇ ਬਿਆਨ ਦਿੱਤਾ ਆਨ 에ਅਰ ਤੇ ਬਿਆਨ ਦਿੱਤਾ ਕਹਿੰਦਾ ਮੋਰਚਾ ਲਾਟ ਦੇ ਵਿੱਚ ਲੱਗੂਗਾ ਸਰਕਾਰ ਨਾਲ ਗੱਲ ਹੋਊਗੀ ਅੱਛਾ ਜੀ ਜਦੋਂ ਗੋਲੀ ਚੱਲ ਗਈ ਉੱਥੇ ਬੰਦੇ ਮਰ ਗਏ ਤੇ ਫੇਰ ਕਹਿੰਦਾ ਸਾਡਾ ਤਾਂ ਦੀਪ ਸਿੱਧੂ ਨਾਲ ਕੋਈ ਕਨੈਕਸ਼ਨ ਹੀ ਨਹੀਂ ਅੱਗ ਲਾ ਕੇ ਫੇਰ ਮੁੱਕਰ ਗਿਆ ਸਾਨੂੰ ਗੁੱਸਾ ਇਸ ਗੱਲ ਦਾ ਆਇਆ ਹੈ ਵੀ ਮੰਨ ਲਿਆ ਚਲੋ ਦੀਪ ਸਿੱਧੂ ਦੀ ਗਲਤੀ ਹੈ ਪਰ ਦੀਪ ਸਿੱਧੂ ਤਾਂ ਮਰਦਾਂ ਵਾਲੀ ਗੱਲ ਕਰਕੇ ਗਿਆ ਹੈ ਉਹ ਤੁਸੀਂ ਤਾਂ ਉਹਦੇ ਨਾਲ ਗਏ ਤੱਕ ਵੀ ਨਹੀਂ ਤੁਸੀਂ ਤਾਂ ਅੱਗ ਲਾ ਕੇ ਬੰਦੇ ਮਰਵਾ ਤੇ ਕੱਲੇ ਦੀਪ ਸਿੱਧੂ ਦੇ ਸਿਰ ਮਰੀ ਜਾਂਦੇ ਹੋ ਤੁਸੀਂ ਸਾਰੇ ਕਸੂਰਵਾਰ ਹੋ ਮੰਨਦੇ ਕਿਉਂ ਨਹੀਂ ਤੁਸੀਂ ਆਪਣੀ ਗਲਤੀ ਹਾਂ ਇਹ ਗੱਲਾਂ ਰਿਕਾਰਡ ਚ ਜਿੱਦਾਂ ਅਸੀਂ ਵੀ ਸੁਣੀਆਂ ਸਾਨੂੰ ਇੱਕ ਹੋਰ ਕਿਸੇ ਨਾਲ ਵੀ ਮੈਂ ਇੰਟਰਵਿਊ ਆਵਾਜ਼ ਕੋ ਮਤਲਬ ਕੀਤੀ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਗਾਲਬ ਮੇਰੇ ਖਿਆਲ ਕੋਈ ਗਾਉਣ ਵਾਲਾ ਆ ਉਹਨੇ ਵੀ ਕਹੀ ਆ ਕਿ ਸਾਨੂੰ ਆਪ ਜਿਹੜਾ ਸਰਵਣ ਪੰਧੇਰ ਆ ਉਹਨੂੰ ਗੱਲ ਕਹੀ ਆ ਕਿ ਸਾਡੀ ਸਰਕਾਰ ਨਾਲ ਗੱਲ ਹੋ ਗਈ ਆ ਅੱਜ ਕਾਨੂੰਨ ਰੱਦ ਹੋ ਜਾਣੇ ਆ ਤੇ ਤੁਸੀਂ ਲਾਲ ਕਿਲੇ ਨੂੰ ਚੱਲੋ ਜਿਹੜਾ ਇਹ ਲੱਖਾ ਸਿਧਾਨ ਹੈ ਇਹਦੀ ਆਨ ਰਿਕਾਰਡ ਹੈ ਇਹਨੇ ਵੀ ਇਹੀ ਗੱਲ ਕਹੀ ਹੈ ਵੀ ਸਰਵਣ ਪੰਧੇਰੂ ਵੀ ਮੂਹਰੇ ਚੱਲਣਗੇ ਆਪਾਂ ਵੀ ਮਾਗਰੇ ਲਾਲਾਂਗੇ ਟਰੈਕਟਰ ਇਹਨੂੰ ਸੱਦਿਆ ਤਾਂ ਜਗਜੀਤ ਡੱਲੇਵਾਲ ਨੇ ਸ਼ਾਂਤ ਕਰਾਉਣ ਲਈ ਇਹ ਉੱਥੇ ਅੱਗ ਲਾ ਕੇ ਗਿਆ ਮਤਲਬ ਇਹਨਾਂ ਨੇ ਫਿਰ ਕਿਸਾਨ ਜਥੇਬੰਦੀਆਂ ਦਾ ਵੀ ਧੋਖਾ ਹੀ ਕੀਤਾ ਪੂਰਾ ਧੋਖਾ ਕੀਤਾ ਜੀ ਕਿਸਾਨ ਜਥੇਬੰਦੀਆਂ ਦੇ ਆਗੂ ਅਜੇ ਤੱਕ ਕੱਲ ਕਿਸੇ ਨੇ ਦੇਖਿਆ ਨੀ ਪੂਰੇ ਸਹੀ ਚੱਲ ਰਹੇ ਨੇ ਭਾਵੇਂ ਕਿ ਕਈ ਕਾਮਰੇਡ ਨੇ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਅਸੀਂ ਹੁਣ ਸਾਡੀ ਉਹਨਾਂ ਨਾਲ ਵਿਚਾਰਧਾਰਾ ਨਹੀਂ ਮਿਲਦੀ ਚਲੋ ਅਸੀਂ ਉਹਨਾਂ ਦੀ ਸਟੇਜ ਤੇ ਨਹੀਂ ਗਏ ਅਸੀਂ ਕਿਉਂ ਡਿਸਟਰਬ ਕਰੀਏ ਉਹਨਾਂ ਦਾ ਪ੍ਰੋਗਰਾਮ ਹਾਂਜੀ ਜਿੱਦਾਂ ਤੁਸੀਂ ਬਾਬਾ ਜੀ ਰਾਕੇਸ਼ ਟਕੈਤ ਦੀ ਗੱਲ ਕੀਤੀ ਆ ਜਿੱਦਾਂ ਦੂਸਰੇ ਪਾਸੇ ਜਿੱਦਾਂ ਗੁਰਨਾਮ ਸਿੰਘ ਚਡੂਨੀ ਆ ਉਹਨਾਂ ਦੀ ਵੀ ਬੜੀ ਲੋਕ ਜਿੱਦਾਂ ਹਰਿਆਣੇ ਵਾਲੇ ਬੜੀ ਉਹ ਸਖਤ ਕਰਦੇ ਆ ਕਹਿੰਦੇ ਬਹੁਤ ਵਧੀਆ ਮਤਲਬ ਕੰਮ ਕਰ ਰਿਹਾ ਜਾਂ ਹੋਰ ਵੀ ਜਿਹੜੇ ਕਿਸਾਨ ਆਗੂ ਆ ਤੁਹਾਡੀ ਨਜ਼ਰ ਦੇ ਵਿੱਚ ਮਤਲਬ ਜਿੱਦਾਂ ਰਾਕੇਸ਼ ਟਕੈਤ ਆ ਤੇ ਗੁਰਨਾਮ ਸਿੰਘ ਚਡੂਨੀ ਆ ਇਹ ਵਧੀਆ ਕੰਮ ਕਰ ਰਹੇ ਗੁਰਨਾਮ ਚਡੂਨੀ ਲੈ ਕੇ ਗਿਆ ਜੀ ਦਿੱਲੀ ਗੁਰਨਾਮ ਚਡੂਨੀ ਨੇ ਸਾਰੇ ਮੋਰਚੇ 26 ਨਵੰਬਰ ਨੂੰ ਭੰਨੇ ਨੇ ਠੀਕ ਅਸੀਂ ਤਾਂ ਰਾਜੇਆਲ ਸਾਹਿਬ ਦਾ ਵੀ ਸਤਿਕਾਰ ਕਰਦੇ ਹਾਂ ਕਿਉਂਕਿ ਰਾਜੇਆਲ ਸਾਹਿਬ ਵੈਰੀ ਐਜੂਕੇਟਡ ਬੜਾ ਪੜ੍ਹਿਆ ਲਿਖਿਆ ਬੰਦਾ ਲੋਕ ਜੋ ਮਰਜ਼ੀ ਕਹੀ ਜਾਣ ਹਾਂ ਜੋਸ਼ ਨਾਲ ਹੋਸ਼ ਦੀ ਵੀ ਲੋੜ ਹੁੰਦੀ ਹੈ ਸਾਰੇ ਜੋਸ਼ ਵਾਲੇ ਵੀ ਨਹੀਂ ਚਾਹੀਦੇ ਕੁਝ ਦਿਮਾਗੀ ਵੀ ਚਾਹੀਦੇ ਨੇ ਹਾਂਜੀ ਜਦੋਂ ਹੁਣ ਮਤਲਬ ਆਪਾਂ ਇਹ ਤਾਂ ਮੰਨਣਾ ਹੀ ਪਊਗਾ ਕਿ ਸਰਕਾਰ ਨਾਲ 11 ਮੀਟਿੰਗਾਂ ਕੀਤੀਆਂ ਵੀ ਸਰਕਾਰ ਦੇ ਜਿਹੜੇ ਵੱਡੇ ਵੱਡੇ ਫਿਲਾਸਫਰ ਆ ਉਹਨਾਂ ਨੂੰ ਗੱਲਾਂ ਨਹੀਂ ਆਈਆਂ ਸਾਹਮਣੇ ਕੋਈ ਨਾ ਕੋਈ ਗੱਲ ਤਾਂ ਹੋਊਗੀ ਇਹਨਾਂ ਦੇ ਵਿੱਚ ਵੀ ਦੇਖੋ ਜੀ ਰਾਜੇਆਲ ਜਗਿੰਦਰ ਅਗਰਾਹਾਂ ਭਾਵੇਂ ਜਗਿੰਦਰ ਸਿੰਘ ਅਗਰਾਹਾਂ ਰੋਕ ਦੇ ਤੇ ਵੀ ਫਤਿਹ ਨਾ ਮਿਲਾਓ ਜਕਾਰਾ ਨਾ ਲਾਓ ਅਸੀਂ ਜਗਿੰਦਰ ਅਗਰਾਹਾਂ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਪਰ ਸਰਕਾਰ ਦੀ ਬੋਲਤੀ ਬੰਦ ਕਰਤੀ ਇਹ ਗੱਲ ਤੁਹਾਨੂੰ ਮੰਨਣੀ ਪਊ ਅੱਛਾ ਜੀ ਹਾਂ ਨਰਿੰਦਰ ਤੋਮਰ ਵਰਗਿਆਂ ਨੂੰ ਐਕਸਪਰਟ ਸੱਦਣੇ ਪਏ ਐਕਸਪਰਟ ਠੀਕ ਆ
ਕੱਲ ਨੀ ਆਈ ਤੇ ਰਾਜੇਵਾਲ ਵਰਗਿਆਂ ਨੇ ਉਹਦੀ ਆਡੀਓ ਵੀ ਇੱਕ ਰਿਲੀਜ਼ ਹੋਈ ਹੈ ਵਾਇਰਲ ਹੋਈ ਹੈ ਰਾਜੇਵਾਲ ਨੇ ਬੜੀ ਖੋਕ ਕੇ ਗੱਲ ਕਰਦਾ ਉਹ ਹਾਂ ਅਜੇ ਤੱਕ ਬਹੁਤ ਚੜ੍ਹਦੀ ਕਲਾ ਚ ਨੇ ਹੁਣ ਜਿਹੜਾ ਰਕੇਸ਼ ਟੈਕ ਨੇ ਇਹ ਰਕੇਸ਼ ਟੈਕ ਬਹਾਨਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਦੁਬਾਰੇ ਜਾਨ ਪਾਤੀ ਕਿਉਂਕਿ ਸੱਚੇ ਸੁੱਚੇ ਦਸਾਂ ਰੋਹਾਂ ਦੀ ਕਿਰਤ ਕਰਨ ਵਾਲੇ ਉੱਥੇ ਬੈਠੇ ਹੈ ਰੱਬ ਨੇ ਉਹਨਾਂ ਕਿਸਾਨਾਂ ਦੀ ਸੁਣ ਲਈ ਪਰ ਧਿਆਨ ਚੰਦ ਡੋਗਰੇ ਦੀਆਂ ਲਾਤਾਂ ਨੇ ਤਾਂ ਕਸਰ ਨੀ ਛੱਡੀ ਮੋਰਚੇ ਨੂੰ ਖਤਮ ਕਰਨ ਦੀ ਕੋਈ ਫੇਰ ਵੀ ਤੁਹਾਨੂੰ ਲੱਗਦਾ ਕਿੰਨਾ ਕੁ ਨੁਕਸਾਨ ਕਰ ਗਿਆ ਕਿੰਨਾ ਕੁ ਸੰਘਰਸ਼ ਨੂੰ ਪਿੱਛੇ ਲੈ ਗਿਆ ਜਿਹੜਾ ਇੰਨਾ ਵਧੀਆ ਹੋਇਆ ਸੀ ਕੋਸ਼ਿਸ਼ ਤਾਂ ਇਹਨਾਂ ਦੀ ਐ ਸੀ ਵੀ ਤਕਰੀਬਨ 80% ਨੁਕਸਾਨ ਕਰੀਏ ਪਰ ਅੱਲਾ ਵਾਹਿਗੁਰੂ ਵੱਡਾ ਹੈ ਹਾਂ ਨੁਕਸਾਨ ਹੋਇਆ ਨੀ 5-10% ਹੀ ਕਰਿਆ ਮਤਲਬ ਡੈਂਟ ਹੀ ਪਿਆ ਡੈਂਟ ਤਾਂ ਨਿਕਲ ਜੂਗਾ ਜੇ ਤਾਂ ਗੱਡੀ ਕ੍ਰੈਸ਼ ਨਹੀਂ ਹੋਈ ਲੋਕਾਂ ਨੇ ਤਾਂ ਗੀਤ ਬਣਾਤਾ ਵੀ ਚਾੜਤਾ ਟਰਾਲਾ ਮੁੜ ਕੇ ਟਰੈਕ ਤੇ ਮੋੜ ਕੇ ਜਾਨ ਪਾ ਕੇ ਹੰਝੂ ਟਕੈਕ ਦੇ ਅੱਛਾ ਜੀ ਅਟੈਕ ਦੇ ਤਾਂ ਲੋਕਾਂ ਨੇ ਗੀਤ ਬਣਾ ਦਿੱਤਾ ਹਾਂ ਅੱਜ ਲੋਕ ਟਕੈਕ ਵਾਸਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਲੈ ਕੇ ਗਏ ਨੇ ਜਲ ਛਕਾਇਆ ਟਕੈਕ ਦਾ ਸਨਮਾਨ ਕਰਿਆ ਸੰਗਤ ਨੇ ਅੱਛਾ ਜੀ ਹਾਂਜੀ ਅੱਜ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਲੈ ਕੇ ਗਏ ਨੇ ਲੋਕ ਬਹੁਤ ਜਿਦਾਂ ਮਤਲਬ ਦੱਸਦੇ ਆ ਇਤਿਹਾਸ ਵੀ ਇਹਦੇ ਪਿਤਾ ਨੇ ਵੀ ਸ਼ਾਇਦ ਉਹਦਾ ਨਾਮ ਮਹਿੰਦਰ ਸਿੰਘ ਟਕੈਤ ਸੀਗਾ ਉਹਨਾਂ ਨੇ ਵੀ ਬਹੁਤ ਵੱਡਾ ਸੰਘਰਸ਼ ਲੜਿਆ ਤੇ ਯੂਪੀ ਦੇ ਵਿੱਚ ਬਹੁਤ ਇਹਨਾਂ ਦਾ ਮਤਲਬ ਲੋਕਾਂ ਦੇ ਵਿੱਚ ਬਹੁਤ ਦਬਦਬਾ ਆਇਆ ਬੜੀ ਵੱਡੀ ਗੱਲ ਆ ਇਹਨਾਂ ਦੀ ਬਹੁਤ ਵੱਡਾ ਦਬਦਬਾ ਤੇ ਦਲੇਰ ਵੀ ਨੇ ਯੂਪੀ ਦੇ ਲੋਕ ਅਸੀਂ ਦੇਖੇ ਆ ਜੀ ਜਾ ਕੇ ਦਲੇਰ ਵੀ ਨੇ ਠੀਕ ਆ ਹਾਂ ਗੱਲ ਹੈ ਬਾਬਾ ਜੀ ਹੁਣ ਆਪਾਂ ਚਲੋ ਕਈ ਵਾਰੀ ਹੁਣੀਆਂ ਵੀ ਇਸ ਵੇਲੇ ਜਿੱਦਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹਰਿਆਣਾ ਨੇ ਵੀ ਕਿਹਾ ਸਾਡਾ ਵੱਡਾ ਭਰਾ ਆਇਆ ਦੇਸ਼ ਦੇ ਹੋਰ ਸੂਬਿਆਂ ਨੇ ਵੀ ਕਿਹਾ ਵੀ ਪੰਜਾਬੀਆਂ ਤੇ ਅਸੀਂ ਮਾਣ ਕਰਦੇ ਹਾਂ ਇਹਨਾਂ ਨੇ ਜਿਹੜਾ ਸਿਹਰਾ ਫੜਿਆ ਵੀ ਜਿਹੜਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦਾ ਰੱਥ ਸੀ ਇਹਨੂੰ ਕੋਈ ਨੱਥ ਪਾਉਣ ਵਾਲਾ ਨਹੀਂ ਸੀ ਇਹ ਪੰਜਾਬੀਆਂ ਨੇ ਨੱਥ ਫੜੀ ਆ ਕੇ ਉਹ ਰੋਕਿਆ ਇਹਦਾ ਰੱਥ ਤੇ ਬੜਾ ਮਾਣ ਸਨਮਾਨ ਮਹਿਸੂਸ ਕਰਦੇ ਹਨ ਕਿਤੇ ਹੁਣ ਪੰਜਾਬ ਪਿੱਛੇ ਨਾ ਹਟ ਜਾਵੇ ਜੇ ਤਾਂ ਇਹ ਜੇ ਕਦਾਰ ਵਿੱਚ ਰਹਿਣਗੇ ਹਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਿਆ ਪਹਿਲਾਂ ਇਹਨਾਂ ਨੂੰ ਪੱਕੇ ਤੌਰ ਤੇ ਉੱਥੋਂ ਦਫਾ ਕਰਿਆ ਜਾਵੇ ਪਰ ਅੱਛਾ ਜੀ ਫਿਰ ਕੋਈ ਮਤਲਬ ਫਰਕ ਨਹੀਂ ਪੈਂਦਾ ਪਰ ਇੱਕ ਪਾਸੇ ਤਾਂ ਆਪਾਂ ਚਾਹੁੰਦੇ ਸਾਰੇ ਇਕੱਠੇ ਹੋਣ ਵੀ ਕੋਈ ਵੱਖਰੇ ਮਾ ਰਵੇ ਨਾ ਜਾਏ ਵਿਚਾਰ ਵੱਖਰੇ ਵੱਖਰੇ ਵੀ ਹੋਣ ਗੱਲ ਇਹ ਹੈ ਜੀ ਕਦਾਰਾਂ ਬਿਨਾਂ ਕੋਈ ਫਰਕ ਨੀ ਪੈਂਦਾ ਜੇ ਕਦਾਰ ਵਿੱਚ ਰਹਿਣਗੇ ਨੁਕਸਾਨ ਹੈ ਕਰਨਗੇ ਯਾਦ ਰੱਖਿਓ ਠੀਕ ਆ ਨੋਟ ਕਰ ਲਓ ਤੁਸੀਂ ਜੇ ਧਿਆਨ ਚੰਦ ਡੋਗਰੇ ਵਰਗੇ ਮਹਾਰਾਜਾ ਰਣਜੀਤ ਸਿੰਘ ਨੇ ਸੋਤੇ ਹੁੰਦੇ ਇੱਕ ਦੋ ਜਾਣੀ ਸੀ ਹਾਂ ਧਿਆਨ ਚੰਦ ਡੋਗਰਾ ਕੱਲੇ ਹੀ ਸਾਰਾ ਰਾਜ ਭਾਗ ਨਸ਼ਟ ਕਰਾਤਾ ਹਾਂਜੀ ਹਾਂਜੀ ਇਹ ਪਾਸਾ ਵੱਟਿਆ ਹੁੰਦਾ ਉਹਨਾਂ ਨੂੰ ਕੱਢਿਆ ਹੁੰਦਾ ਤੇ ਅੱਜ ਸਿੱਖ ਕੌਮ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਹੁਣ ਜਿੱਦਾਂ ਕਿੱਦਾਂ ਦਾ ਪ੍ਰੋਗਰਾਮ ਦੇਣਾ ਚਾਹੀਦਾ ਕਿਉਂਕਿ ਡੈਡਲੌਕ ਹੋਇਆ ਪਿਆ 11ਵੀਂ ਮੀਟਿੰਗ ਤੋਂ ਬਾਅਦ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਇੱਥੇ ਤੱਕ ਜੋ ਕਹਿਣਾ ਸੀ ਵੀ 2 ਸਾਲ ਲਈ ਜਾਂ 1.5 ਸਾਲ ਲਈ ਕਾਨੂੰਨ ਸਸਪੈਂਡ ਕਰ ਦਿੰਦੇ ਆ ਇਸ ਤੋਂ ਬਾਅਦ ਵੱਡੀ ਕੋਈ ਹੋਰ ਗੱਲ ਅਸੀਂ ਮੰਨਣੀ ਨਹੀਂ ਜੇ ਤੁਸੀਂ ਮੰਨਣੀ ਆ ਇਸ ਤੇ ਗੱਲ ਕਰਨੀ ਆ ਤਾਂ ਮੀਟਿੰਗ ਕਰ ਲਿਓ ਨਹੀਂ ਤਾਂ ਬੇਸ਼ੱਕ ਰਹਿਣ ਦਿਓ ਹੁਣ ਕੀ ਡੈਡਲੌਕ ਹਾਂਜੀ ਅੱਜ ਮੋਦੀ ਦਾ ਬਿਆਨ ਆ ਗਿਆ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਅੱਛਾ ਜੀ ਅੱਜ ਲੇਟਲੀ ਆਇਆ ਹੋਊਗਾ ਮਤਲਬ ਕੱਲ ਤੱਕ ਤਾਂ ਹਲੇ ਹਾਂਜੀ ਲੇਟੈਸਟ ਬਿਆਨ ਆ ਗਿਆ ਅੱਜ ਸਰਵ ਪਾਰਟੀ ਮੀਟਿੰਗ ਸੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੀ ਉਹਦੇ ਜੁੱਤੀਆਂ ਵੱਜ ਰਹੀਆਂ ਨੇ ਠੀਕ ਕਿਉਂਕਿ ਪੁਲਿਸ ਵਾਲਿਆਂ ਨੇ ਵੀ ਅਸਤੀਫੇ ਦੇ ਦਿੱਤੇ 200-250 ਹਿੰਦੂ ਸ਼ਾਇਦ ਹਿੰਦੂ ਪੁਲਿਸ ਵਾਲੇ ਨੇ ਉਹ ਦਿੱਲੀ ਦੀ ਪੁਲਿਸ ਦੇ ਵਿੱਚੋਂ ਪਤਾ ਲੱਗਾ ਵੀ ਬਹੁਤ ਲੋਕਾਂ ਨੇ ਅਸਤੀਫੇ ਦਿੱਤੇ ਤੇ ਫੌਜ ਦੇ ਜਿਹੜੇ ਵੱਡੇ ਅਫਸਰ ਆ ਉਹਨਾਂ ਨੇ ਆਪਣੇ ਜਿਹੜੇ ਸੀਨੀਅਰ ਆ ਉਹਨਾਂ ਨੂੰ ਕਹਿ ਦਿੱਤਾ ਵੀ ਅਸੀਂ ਜੇ ਤੁਸੀਂ ਆ ਨਾ ਹਟੇ ਤਾਂ ਅਸੀਂ ਵੀ ਆਪਣੀਆਂ ਨੌਕਰੀਆਂ ਛੱਡ ਜਾਵਾਂਗੇ ਇੱਕ ਸਾਡਾ ਵਿਸ਼ਵਾਸ ਹੈ ਕਿ ਜਿਹੜੀ ਫੌਜ ਹੈ ਇਹ ਬਗਾਵਤ ਕਰ ਸਕਦੀ ਹੈ ਮੋਦੀ ਨੂੰ ਤਾਂ ਆਪਣੀ ਫੌਜ ਨਹੀਂ ਲੱਭ ਲੈਣਾ ਹੈਗਾ ਮੋਦੀ ਨੂੰ ਭੱਜਣ ਨੂੰ ਰਾਹ ਨੀ ਕੋਈ ਲੱਭਣਾ ਆਪਣਾ ਹੰਕਾਰ ਛੱਡ ਕੇ ਕਾਨੂੰਨ ਰੱਦ ਕਰਦੇ ਜਿੰਨਾ ਛੇਤੀ ਹੋ ਸਕਦਾ ਠੀਕ ਆ ਕਿਉਂਕਿ ਹਾਲਾਤ ਦਿਨ ਪਰ ਦਿਨ ਮੋਦੀ ਦੇ ਅਗੇਂਸਟ ਹੁੰਦੇ ਜਾ ਰਹੇ ਨੇ ਠੀਕ ਆ ਰਾਜੇ ਸ਼ੀ ਮੁਕੱਦਮ ਕੁੱਤੇ ਜਦੋਂ ਇਹ ਹਾਲਤ ਹੋ ਜਾਂਦੀ ਹੈ ਇਸੇ ਰਾਜਿਆਂ ਦਾ ਰਾਜ ਜਿਹੜਾ ਹੈ ਸਮਾਂ ਨਹੀਂ ਰਿਹਾ ਕਰਦਾ
ਹਾਂਜੀ ਇੰਦਰਾ ਗਾਂਧੀ ਨੂੰ ਵੀ ਬੜਾ ਮਾਣ ਹੋਇਆ ਸੀ ਐਮਰਜੈਂਸੀ ਲਾਈ ਫਿਰ ਐਮਰਜੈਂਸੀ ਦੇ ਦੌਰਾਨ ਵੱਡੇ ਮਹਾਂਪੁਰਖ ਬਾਬਾ ਕਰਤਾਰ ਸਿੰਘ ਖਾਲਸਾ ਨੇ 37 ਨਗਰ ਕੀਰਤਨ ਕੱਢੇ ਨਾ ਹਾਂਜੀ ਧਰਤੀ ਬੰਦੇ ਸੀਗੇ ਮਹਾਂਪੁਰਖ ਹੁਣ ਵੀ ਦੇਖੋ ਬਾਬਾ ਰਾਮ ਸਿੰਘ ਸਿੰਘੜੇ ਵਾਲਿਆਂ ਨੇ ਆਪਣੀ ਕੁਰਬਾਨੀ ਦਿੱਤੀ ਧਰਮੀ ਪੁਰਸ਼ਾਂ ਦਾ ਜਦੋਂ ਖੂਨ ਡੋਲਦਾ ਇਨਕਲਾਬ ਲੈ ਕੇ ਆਉਂਦਾ ਠੀਕ ਹੈ ਜਿਹੜੇ ਕਿਸਾਨ ਉੱਥੇ ਚੜ੍ਹਾਈ ਕਰ ਗਿਆ 200 ਧਰਮੀ ਨੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਮੰਨੇ ਕੋਈ ਨਾ ਮੰਨੇ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ ਠੀਕ ਹੈ ਬਾਬਾ ਜੀ ਜਿੱਦਾਂ ਹੁਣ ਬਜਟ ਸੈਸ਼ਨ ਚੱਲਦਾ ਤੇ ਜਿਹੜੀਆਂ ਸਿਆਸੀ ਪਾਰਟੀਆਂ ਆਪਾਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਜਿਨ੍ਹਾਂ ਦੇ ਵਿੱਚੋਂ 13 MP ਤੇ 7 ਜਿਹੜੇ ਆ ਸੰਸਦ ਮੈਂਬਰ ਪੰਜਾਬ ਦੇ ਵਿੱਚੋਂ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਉੱਥੇ ਡਟ ਕੇ ਵਿਰੋਧ ਕਰਨਾ ਚਾਹੀਦਾ ਮੋਦੀ ਸਰਕਾਰ ਦਾ ਠੀਕ ਹੈ ਕਿੱਦਾਂ ਦਾ ਵਿਰੋਧ ਹੋਵੇ ਕਿੱਦਾਂ ਦਾ ਵਿਰੋਧ ਹੋਵੇ ਕਿੱਦਾਂ ਕਰਨ ਵਿਰੋਧ ਉੱਥੇ ਰੌਲਾ ਪਾਉਣ ਪੂਰਾ ਉਹਦੇ ਅੱਗੇ ਭੁੱਖ ਹੜਤਾਲ ਤੇ ਬੈਠਣ ਜਿੱਦਾਂ ਕੱਲ ਆਪਾਂ ਦੇਖਿਆ ਵੀ ਸੁਖਬੀਰ ਸਿੰਘ ਬਾਦਲ ਤੇ ਬੈਨਰ ਉੱਥੇ ਬੋਰਡ ਲੈ ਕੇ ਖੜਾ ਵੀ ਕਾਨੂੰਨ ਰੱਦ ਕਰੋ ਤੇ ਉਹਨੇ ਤੋਮਰ ਨੂੰ ਵੀ ਕਿਹਾ ਜਿਹੜਾ ਮੀਡੀਆ ਨੇ ਦਿਖਾਇਆ ਵੀ ਹੈ ਤੇ ਬਾਕੀ ਜਿਹੜੇ ਜਿੱਦਾਂ ਕਾਂਗਰਸ ਦੇ ਮੰਤਰੀ ਕਾਫੀ ਲੰਮੇ ਸਮੇਂ ਤੋਂ ਜਿੱਦਾਂ ਉੱਥੇ ਮਤਲਬ ਜੰਤਰ ਮੰਤਰ ਤੇ ਬੈਠੇ ਆ ਵੀ ਅਸੀਂ ਵਿਰੋਧ ਕਰ ਰਹੇ ਹਾਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਵੀ ਆ ਇਕੱਠੇ ਹੋ ਕੇ ਕਿਉਂ ਨੀ ਕਰਦੇ ਜਦੋਂ ਪੰਜਾਬ ਨਾਲ ਜੁੜੇ ਹੋਏ ਆ ਜਾਂ ਅਸਤੀਫੇ ਹੀ ਦੇ ਦੇਣ ਸਾਰੇ ਅਸੀਂ ਤਾਂ ਕਹਿੰਦੇ ਹਾਂ ਅਸਤੀਫਾ ਦੇ ਦੇਣ ਸਾਡੀ ਤੇ ਇੱਕ ਅਰਦਾਸ ਹੈ ਵੀ ਹਰਿਆਣੇ ਦੇ ਵਿੱਚ ਮੋਦੀ ਸਰਕਾਰ ਟੁੱਟ ਜੇ ਖੱਟੜ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਮੋਦੀ ਦੀ ਉਹ ਇਸੇ ਦੇ ਚੇਲੇ ਨੇ ਸਾਰੇ ਠੀਕ ਹੈ ਉਹ ਸਰਕਾਰ ਜਿਹੜੀ ਆ ਟੁੱਟ ਜੇ ਠੀਕ ਹੈ ਉਹ ਤਾਂ ਜਿੱਦਾਂ ਅੱਜ ਪਤਾ ਲੱਗਾ ਕਿ ਜਿਹੜਾ ਅਭੈ ਚੌਟਾਲਾ ਉਹਨੇ ਅਸਤੀਫਾ ਦਿੱਤਾ ਉਹ ਜਿਹਦਾ ਅਸੈਂਬਲੀ ਉਹਨਾਂ ਨੇ ਮਨਜ਼ੂਰ ਕਰ ਲਿਆ ਸੀ ਰਾਜਪਾਲ ਨੇ ਤੇ ਉਹ ਅੱਜ ਕਿਸਾਨਾਂ ਦੀ ਟਿੱਕਰੀ ਜਿਹੜਾ ਬੋਰਡਰ ਆ ਉੱਥੇ ਗਏ ਵੀ ਆ ਤੇ ਉਹਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਨਾਮ ਲਿਖਿਆ ਜਾਊਗਾ ਜਿਹੜਾ ਅਸਤੀਫਾ ਦਊ ਅਸੀਂ ਤਾਂ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ ਇਹਨਾਂ ਨੂੰ ਇੱਕ ਗੱਲ ਕਹਿਣਾ ਨਹੀਂ ਤੁਹਾਡੀ ਗੱਲ ਕੋਈ ਸੁਣਦਾ ਤੁਸੀਂ ਅਸਤੀਫਾ ਦੇ ਦਿਓ ਬਾਬਾ ਜੀ 7 ਸੰਸਦ ਮੈਂਬਰ ਵੀ ਆ ਨਾ ਉਹਦੇ ਵਿੱਚ ਮਤਲਬ ਆਪਣੇ ਜਿਹੜੇ ਵੱਡੇ ਵੱਡੇ ਧੜੱਲੇ ਦਾ ਲੀਡਰ ਆ ਪੁਰਾਣੇ ਅਕਾਲੀ ਦਲ ਦੇ ਵੀ ਆ ਕਾਂਗਰਸ ਦੇ ਵੀ ਆ ਹੋਰ ਪਾਰਟੀਆਂ ਦੇ ਵੀ ਹੋਣਗੇ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਪੰਜਾਬ ਲਈ ਤੇ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਅਸੀਂ ਤਾਂ ਕਹਿੰਦੇ ਹਾਂ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਵੀ ਅਸਤੀਫਾ ਦੇ ਦੇਣ ਹਾਂਜੀ ਜੇ ਇਹ ਸੋਚਦੇ ਨੇ ਵੀ ਅਸਤੀਫਾ ਦੇ ਕੇ ਕੁਛ ਬਣਦਾ ਨਹੀਂ ਤਾਂ ਫਿਰ ਉੱਥੇ ਵਿਧਾਨ ਸਭਾ ਦੇ ਵਿੱਚ ਕੋਈ ਭੁੱਖ ਹੜਤਾਲ ਤੇ ਬੈਠਣ ਇਕੱਠੇ ਹੋ ਕੇ ਰਲ ਮਿਲ ਕੇ ਬੈਠਣ ਅੱਡੋ ਅੱਡ ਡਬਲੀ ਨਾ ਵਜਾਉਣ ਆਪਣੀ ਹਾਂ ਘੱਟੋ ਘੱਟ ਇਸ ਮੁੱਦੇ ਤੇ ਇਕੱਠੇ ਹੋ ਜਾਣਾ ਮਤਲਬ ਪੰਜਾਬ ਲਈ ਲੋਕੀ ਕਹਿਣ ਤਾਂ ਸਹੀ ਵਾਕਿਆ ਤੁਸੀਂ ਪੰਜਾਬ ਦੇ ਤੁਹਾਨੂੰ ਚੁਣਿਆ ਸੀਗਾ ਵੀ ਕੋਈ ਮਾਣ ਖੱਟ ਸਕਦੇ ਆ ਚਲੋ ਅੱਗੇ ਤੇ ਜੋ ਹੋ ਗਿਆ ਹੋ ਗਿਆ ਬਿਲਕੁਲ ਜੀ ਇਤਿਹਾਸ ਵਿੱਚ ਨਾਮ ਲਿਖਿਆ ਜਾਊਗਾ ਜਿਹੜਾ ਸੰਘਰਸ਼ ਹੈ ਇਹ ਤਾਂ ਫਤਿਹ ਹੋ ਜਾਣਾ ਅਕਾਲ ਪੁਰਖ ਦੀ ਕਿਰਪਾ ਨਾਲ ਅੱਜ ਹਰਿਮੰਦਰ ਸਾਹਿਬ ਤੋਂ ਵੀ ਅਰਦਾਸ ਹੋ ਗਈ ਅੱਛਾ ਜੀ ਕੀ ਅਰਦਾਸ ਹੋਈ ਆ ਬਾਬਾ ਜੀ ਹਰਿਮੰਦਰ ਸਾਹਿਬ ਤੋਂ ਅਰਦਾਸ ਹੋਈ ਆ ਵੀ ਸੱਚੇ ਪਾਤਸ਼ਾਹ ਜੀ ਤਿੰਨੇ ਕਾਲੇ ਕਾਨੂੰਨ ਵਾਪਸ ਹੋ ਜਾਣ ਹਰਿਮੰਦਰ ਸਾਹਿਬ ਦਾ ਪਵਿੱਤਰ ਸਰੋਵਰ ਦਾ ਜਲ ਟਕੈਤ ਵਾਸਤੇ ਗਿਆ ਸੰਗਤਾਂ ਵਾਸਤੇ ਗਿਆ ਸਾਡਾ ਵਿਸ਼ਵਾਸ ਹੈ ਗੁਰੂ ਰਾਮਦਾਸ ਦੇ ਦਰ ਤੇ ਹਰਿਮੰਦਰ ਸਾਹਿਬ ਤੇ ਵੀ ਸੰਗਤਾਂ ਦੀ ਫਤਿਹ ਹੋਊਗੀ ਠੀਕ ਹੈ ਬਾਬਾ ਜੀ ਜਿੱਦਾਂ ਤੁਸੀਂ ਇਹ ਗੱਲਬਾਤ ਆਪਾਂ ਜਿੱਦਾਂ ਹਰਿਆਣੇ ਦੀ ਵੀ ਕੀਤੀ ਆ ਹੋਰ ਜਿੱਦਾਂ ਪੂਰੇ ਦੇਸ਼ ਦੀ ਕੀ ਹਾਲਾਤ ਆਵੇ ਬਾਕੀ ਸੂਬਿਆਂ ਚੋਂ ਵੀ ਕਿਸਾਨ ਇਸ ਮੋਰਚੇ ਦੇ ਨਾਲ ਹੈਗੇ ਨੇ ਹਾਂਜੀ ਪੂਰਾ ਇੰਡੀਆ ਜਾਗਿਆ ਪਿਆ ਕੋਈ ਦਿਖਾਵੇ ਨਾ ਦਿਖਾਵੇ ਕਈ ਮੀਡੀਏ ਵਾਲੇ ਨਾ ਹਾਂ ਦਲਾਲ ਬਣੇ ਪਏ ਨੇ ਬੰਦਿਆਂ ਦੇ ਦਲਾਲ ਬਣੇ ਪਏ ਨੇ ਠੀਕ ਆ ਜਿਵੇਂ ਕਿ ਪੰਜਾਬ ਦੇ ਵਿੱਚ ਆ ਮੀਡੀਏ ਵਾਲੇ ਜ਼ਿਆਦੇ ਆ ਲੱਖੇ ਸਿਧਾਣੇ ਦੇ ਦਲਾਲ ਬਣੇ ਹੋਏ ਆ ਅੱਛਾ ਇਦਾਂ ਵੀ ਹੈਗੀ ਆ ਇਦਾਂ ਵਿਅਕਤੀਆਂ ਦੇ ਵੀ ਦਲਾਲ ਬਣੇ ਹੋਏ ਆ ਬਿਲਕੁਲ ਬਣੇ ਨੇ ਰੋਟੀ ਖਾਂਦਾ ਤਾਂ ਦਿਖਾਉਂਦੇ ਨੇ ਵੀ ਰੋਟੀ ਖਾ ਲਈ ਹੈ ਜੀ ਨਹਾਉਣ ਜਾਂਦਾ ਤਾਂ ਦਿਖਾਉਂਦੇ ਨੇ ਇਸੇ ਤਰ੍ਹਾਂ ਮੋਦੀ ਦੇ ਦਲਾਲ ਨੇ ਉਹਨਾਂ ਨੂੰ ਗੋਦੀ ਮੀਡੀਆ ਕਹਿੰਦੇ ਨੇ ਪੰਜਾਬ ਵਾਲੇ ਗੋਦੀ ਮੀਡੀਆ ਬਣ ਗਏ ਠੀਕ ਹੈ ਮੀਡੀਆ ਦੇ ਬਾਰੇ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜੇ ਦੇਸ਼ ਦਾ ਨੈਸ਼ਨਲ ਮੀਡੀਆ ਉਹ ਬਹੁਤ ਮਤਲਬ ਇਸ ਵੇਲੇ ਜਿਹੜੀ ਮਤਲਬ ਸੱਚ ਜਿਹੜਾ ਮੀਡੀਆ ਕੋਈ ਵੀ ਹੋਵੇ ਉਹਨੂੰ ਘੱਟੋ ਘੱਟ ਜੇ ਜ਼ਿਆਦਾ ਨਹੀਂ ਦਿੱਤਾ ਕਿ ਤਾਂ ਸੱਚ ਦਿਖਾ ਦਿਓ ਪਰ ਉਹ ਤਾਂ ਉਲਟਾ ਹੀ ਜਿੱਦਾਂ ਮਤਲਬ ਸਾਰੇ ਮੂਵਮੈਂਟ ਨੂੰ ਏਦਾਂ ਦਿਖਾਈ ਜਾਂਦੇ ਵੀ ਜਿੱਦਾਂ ਇਹ ਕਿਤੇ ਬਾਹਰਲੇ ਦੇਸ਼ ਤੋਂ ਲੋਕ ਆਏ ਹੁੰਦੇ ਆ ਕਾਰਨ ਇਹ ਹੈ ਜੀ ਸਾਰਾ ਮੀਡੀਆ ਨਹੀਂ ਮਾੜਾ ਅੱਛਾ ਜੀ
दिल्ली दे विच भी एक हैगा गा रवीश कुमार कहंदे ने शायद ओहदा नाम है। हां जी पत्रकार रवीश कुमार ओह बहुत जिदा मतलब निरपक्ष जिहड़ी रिपोर्ट दे रहा। इसे तरह हुण पंजाब दे मीडिया दे विच भी बहुत चंगे चैनल ने जिहड़े इमानदारी नाल किसानां दा पक्ष दिखा रहे है। ठीक है, ये तो खुद के चैनल ने जेडे किसी की गोदी च बुक्कल जा बहिंदे आ सारे थोड़ा माड़े आ। हाँ तो जिदा किसान ने उत्थे मतलब पेपर भी चला लिया सी, इन्हां ने अपना आई टी बिंग भी चला लिया सी, ओहदा भी काफी जिदा तुहानू लगदा असर पिया लोकां ते। हाँ जी पिया तो हैगा, हुण जिवें कि आज तक चैनल है जिहड़ा आज तक ना एक जी न्यूज है सिरे दे बकवास चैनल ने। अच्छा जी, इन्होंने किसानों अतवादी बनाया कई बार। बाबा जरनैल सिंह खालसा बारे भी यह बकवास करते रहे। एक होर चैनल पूछता है भारत कोई अरबान गोस्वामी इदा का नाम है। यस अरबान गोस्वामी। हाँ जी असल दे विच ना छत्तरां दे लायक ने, यह लोगों मीडिया च सस्पेंड कर देना चाहिए मुकम्मल तौर ते। इदां दा बाइकाट होना चाहिए इदां दे बंदे नाल। हाँ जी इकले मीडिया ही नहीं, देखो कई बार बड़े बड़े स्टार जिन्हां नूं मतलब लोगों ने बड़े बनाया हुंदा तो वो भी लग पैंदे आ, जिदा कंगना रणावत आ जां होर इदां दे आ कईआं ने जिदा, ते बहुत जिहड़े गायक जिन्हां ने पंजाबी तो सारी जिंदगी जिदा पंजाब दा खादा पंजाबी दे सिर ते बड़े बड़े उन्हां ने तगमे लै जां उन्हां नूं शोहरत मिली आ, तो अज चुप बैठे ने। देखो वो आम तौर पर गायकों का योगदान तो हैगा जी सारिया का। हाँ मैं सारे की नहीं गल कर रहा, मैं बहुत मैं क्या बहुत तात जे मतलब जिन्होंने मतलब अज तो 30-40 साल पहला लोगों ने कहता है भी पंजाब का जो कोई गायक है तो यही है तो वगैरह है नहीं, होर भी बहुत बड़े जड़िया फिल्मी इंडस्ट्री के गए बहुत आए भी है वापस जिन्होंने गल आके पंजाब चकी आ मोर्चे लामबंद किए कन्वर गरेवाल वर्गे ज होर बहुत है, पर बहुत ने चुप धार नहीं बोले ही नहीं गए। बहुत उन्होंने वास्ते लून हरामी है, और सनी देओल का परिवार है सनी देओल। हाँ जी धर्मिंदर। हाँ असल दे विच की है साडे लोकां दा ना कसूर ऐसी गिदड़ां दे गंद नूं एवें सिर ते ढा लाने आ। अच्छा जी इन्हां नचारां नूं कहिंदे ने इह पंजाब दा मान ने, इह फिल्मी लोकां नूं कहिंदे ने पंजाब दा मान, ओह पंजाब दा मान शहीद भगत सिंह है, पंजाब दा मान शहीद ऊधम सिंह है, पंजाब दा मान बाबा जरनैल सिंह खालसा। हाँ जी ये साडे लोकां दी गलती है, मैं इन्हां नचारां नूं पंजाब दा मान लग जाणा कहिण। हाँ इहो जिहे मान तां इहो जिहे गंद मान तां घर घर पैदा हुंदे आ। आपां फिर भी जिद्दां बाबा जी कानवर गरेवाल नूं असीं सन्मानित करांगे जी, कानवर ने कदे गलत नहीं गाया ते उस दी बड़ी वड्डी भूमिका। ठीक है। हाँ वो बंदा बेचारा साधुआं दा संगी है, किसी संत महात्मा दे कोले आया सी पहला चंगी सोच दा विचारे। जिदा मतलब पंजाब नूं पिछले समय च शराबी कमाबी जिदा नशेई कह के भंडिया गया पूरे पंजाब नूं, पर जिदा अज मोर्चे दे विच डट गया लगदा नहीं गा वी पंजाब शराबी रहा होगा नशेई रहा होगा। नहीं पंजाब योधिया सूरवीरां दी धरती है, एक इंग्लैंड दे विच 100 साल गुरुद्वारे दा प्रधान है बस ਵਾਈਸ ਪ੍ਰਧਾਨ ਹਰਜੀਤ ਸਰਪੰਚ ਤੁਸੀਂ ਜਾਣਦੇ ਹੋ। ਹਾਂਜੀ ਹਾਂਜੀ ਜਾਣਦੇ ਆ, ਤੁਹਾਡਾ ਮਿੱਤਰ ਵੀ ਹੈ। ਮੇਰੇ ਸਾਰੇ ਮਿੱਤਰ ਆ ਜੀ। ਉਹ ਹਰਜੀਤ ਸਰਪੰਚ ਨੇ ਇੱਕ ਵਾਰੀ ਸਾਨੂੰ ਗੱਲ ਕਰੀ ਅੱਖਾਂ ਚੋਂ ਪਾਣੀ ਆ ਗਿਆ ਹਰਜੀਤ ਸਰਪੰਚ ਦੇ 100 ਸਾਲ ਗੁਰਦੁਆਰੇ ਦੇ ਵਿੱਚ। ਅੱਛਾ ਜੀ ਬੜੀ ਕਮਾਲ ਦੀ ਗੱਲ ਕਹੀ, ਅਸੀਂ ਹਰ ਜਗ੍ਹਾ ਉਹਦੀ ਗੱਲ ਸੁਣਾਉਂਦੇ ਆ ਹਰਜੀਤ ਸਰਪੰਚ ਦੀ। ਹਰਜੀਤ ਸਰਪੰਚ ਨੇ ਬੜੇ ਬਰਾਗ ਚਾ ਕੇ ਕਿਹਾ, ਕਹਿੰਦਾ ਬਾਬਾ ਜੀ ਬਾਹਰਲੇ ਦੇਸ਼ਾਂ ਦਾ ਦਾੜੀ ਕੇਸਾਂ ਵਾਲਾ ਬੱਚਾ ਪੰਜਾਬ ਦਾ ਰੋਡਾ ਭੋਗਾ ਇੱਕ ਬਰਾਬਰ। ਅੱਛਾ ਜੀ ਮੈਂ ਕਿਹਾ ਤੁਸੀਂ ਇਹ ਕਿਵੇਂ ਕਹਿ ਰਹੇ ਹੋ? ਹਾਂ ਕਹਿੰਦਾ ਪੰਜਾਬ ਦੀ ਧਰਤੀ ਯੋਧੇ ਤੇ ਸੂਰਬੀਰ ਪੈਦਾ ਕਰਦੀ ਹੈ ਬਾਬਾ ਜੀ। ਹਾਂ ਸਾਡੇ ਬੜੀ ਮਨ ਨੂੰ ਗੱਲ ਲੱਗੀ ਜੀ, ਸੱਚਮੁੱਚ ਜਿਹਨਾਂ ਨੂੰ ਰੋਡੇ ਭੋਡੇ ਕਹੇ ਸੀ ਨਾ ਉਹਨਾਂ ਨੇ ਬੈਰੀਕੇਡ ਜਟਾਰੇ ਲਾ ਲਾ ਕੇ ਹਵਾ ਚ ਦੁਬਾਰਿਆਂ ਵਾਂਗੂ ਉਡਾ ਤੇ। ਠੀਕ ਲੋੜ ਹੈ ਕਿ ਉਹ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ, ਵੱਧ ਤੋਂ ਵੱਧ ਪ੍ਰਚਾਰ ਦੇ ਜ਼ਰੀਏ ਹਾਂਜੀ ਅੰਮ੍ਰਿਤ ਛਕਾਇਆ ਜਾਵੇ, ਪੰਜਾਬ ਨੂੰ ਕੋਈ ਕਹੀ ਜਾਵੇ ਨਸ਼ੇੜੀ ਪਰ ਪੰਜਾਬ ਯੋਧੇ ਤੇ ਸੂਰਬੀਰ ਪੈਦਾ ਕਰਦਾ, ਇਹ ਸਭ
ਪ੍ਰੋਪੋਗੰਡਾ ਸੀ ਪੰਜਾਬ ਦੇ ਖਿਲਾਫ, ਅਸੀਂ ਤਾਂ ਕੋਈ ਦੇਖਿਆ ਨਹੀਂ ਇੱਥੇ ਕਦੇ ਨਸ਼ਾ ਕਰਕੇ ਕੋਈ ਡਿੱਗਿਆ। ਹੋ ਸਕਦਾ 2-4% ਲੋਕ ਹੋਣ, ਜਾਣੀ ਬਦਨਾਮ, ਇਹ ਵੀ ਇੱਕ ਬਦਨਾਮ ਕਰਨ ਵਾਲੀ ਨੀਤੀ ਸੀ ਸਰਕਾਰੀ ਮੀਡੀਆ ਦੀ, ਹੋ ਸਕਦਾ ਬਿਲਕੁਲ ਕੀਤੀ ਸੀ। ਜੋ ਹੁੰਦਾ ਚੰਗਾ ਹੁੰਦਾ ਭਾਈ ਰਘਵੀਰ ਸਿੰਘ ਜੀ, ਇਹ ਜਿਹੜਾ ਅੰਦੋਲਨ ਹੈ ਇਹਨੇ ਬੜਾ ਕੁਛ ਦੇਖ ਕੇ ਜਾਣਾ ਹੈ। ਠੀਕ ਆ, ਇਹਨੇ ਦਿਖਾ ਦਿੱਤਾ ਕਿ ਪੰਜਾਬ ਦੇ ਵਿੱਚ ਕਿੱਡੀ ਸ਼ਕਤੀ ਹੈ, ਇਹਨੇ ਦਿਖਾ ਦਿੱਤਾ ਕਿ ਪੰਜਾਬ ਤੇ ਹਰਿਆਣੇ ਦੇ ਲੋਕ ਆਪਸ ਵਿੱਚ ਪਿਆਰ ਕਰਦੇ ਨੇ, ਲੀਡਰਾਂ ਨੇ ਫਰਕ ਪਾਇਆ ਹੋਇਆ। ਬਾਬਾ ਜੀ ਆਪਾਂ ਪ੍ਰੋਗਰਾਮ ਦੇ ਤਕਰੀਬਨ ਆਖਰ ਦੇ ਵਿੱਚ ਹੀ ਆ, ਜਿੱਦਾਂ ਹੁਣ ਜਿਹੜੀ ਸਟੇਜ ਤੇ ਅੱਜ ਆ, ਤੁਸੀਂ ਕਿਹਾ ਵੀ ਸਰਕਾਰ ਨੇ ਮੋਦੀ ਨੇ ਕਹਿ ਦਿੱਤਾ ਸ਼ਾਇਦ ਗੱਲਬਾਤ ਹੋਊਗੀ, ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਜਾਂ ਪੰਜਾਬ ਦੇ ਲੋਕ ਆ ਜਾਂ ਕਿਸਾਨ ਪੂਰੇ ਦੇਸ਼ ਦੇ ਲੋਕ ਆ, ਇਹਨਾਂ ਨੂੰ ਕਿੱਦਾਂ ਦਾ ਪੈਂਤਲਾ ਲੈਣਾ ਚਾਹੀਦਾ, ਕੀ ਕਰਨਾ ਚਾਹੀਦਾ, ਕਿੱਦਾਂ ਦੇ ਪ੍ਰੋਗਰਾਮ ਦੇਣੇ ਚਾਹੀਦੇ? ਪ੍ਰੋਗਰਾਮ ਜਿਹੜੇ ਦੇ ਰਹੇ ਨੇ ਰਾਜੇਵਾਲ ਸਾਹਿਬ ਵਰਗੇ ਜਾਂ ਹੋਰ, ਇਹ ਵਧੀਆ ਦੇ ਰਹੇ ਨੇ ਪ੍ਰੋਗਰਾਮ। ਠੀਕ ਹੈ ਜੀ, ਸਾਨੂੰ ਤਾਂ ਜੋ ਅੱਜ ਹਰਿਮੰਦਰ ਸਾਹਿਬ ਅਰਦਾਸ ਹੋਈ ਹੈ ਉੱਥੇ ਵਿਸ਼ਵਾਸ ਹੈ ਕਿ ਸੰਘਰਸ਼ ਫਤਿਹ ਹੋਊਗਾ। ਠੀਕ ਹੈ ਬਾਬਾ ਜੀ, ਬਹੁਤ ਜਿੱਦਾਂ ਵਧੀਆ ਗੱਲ ਹੈ, ਕਿਉਂਕਿ ਇੱਕ ਤੁਹਾਡੇ ਚੈਨਲ ਦੇ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਰੀ ਦੁਨੀਆ ਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਬੁੱਕਲ ਦੇ ਸੱਪਾਂ ਤੋਂ ਬਚੋ, ਠੀਕ, ਬੁੱਕਲ ਦੇ ਨਾਕਾਂ ਤੋਂ ਬਚੋ। ਹਾਂਜੀ, ਸਾਡਾ ਕੋਈ ਟਾਰਗੇਟ ਨਹੀਂ ਲੱਖਾਂ ਸਧਾਣਾ, ਕਿਉਂਕਿ ਤੁਸੀਂ ਸਵਾਲ ਪੁੱਛਿਆ, ਹਾਂਜੀ ਉਹਦਾ ਜਵਾਬ ਸਾਨੂੰ ਜ਼ਰੂਰ ਦੇਣਾ ਚਾਹੀਦਾ ਸੀ, ਕਿਉਂਕਿ ਉਹਦਾ ਜਵਾਬ ਦਿੱਤਾ ਹੈ, ਕੋਈ ਉਹ ਸਾਡਾ ਟਾਰਗੇਟ ਨਹੀਂ। ਠੀਕ ਆ, ਹਾਂ ਤੁਹਾਨੂੰ ਅਸੀਂ ਜਦੋਂ ਸ਼ੁਰੂਆਤ ਕਰੀ ਹੈ ਪਹਿਲਾਂ ਕਹਿਤਾ ਵੀ ਸਾਡੀ ਉਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਪਰ ਉਹ ਇਨਵੋਲਵ ਆ। ਤੁਸੀਂ ਤੇ ਵੀ ਕਿਹਾ ਵੀ ਤੁਸੀਂ ਤਾਂ ਆਪ ਉਹਨੂੰ ਸਨਮਾਨ ਕਰਨ ਲੱਗੇ ਸੀਗੇ, ਤੁਸੀਂ ਤੇ ਵੀ ਗੱਲ ਕਹੀ ਆ, ਸਨਮਾਨ ਕਰਨ ਲੱਗੇ ਸੀ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਬਾਰੇ ਬੋਲਿਆ ਉਹ, ਉਸ ਤੋਂ ਬਾਅਦ ਸਾਡਾ ਮਨ ਟੁੱਟ ਗਿਆ, ਜੇ ਉਹਨੂੰ ਨੌਲੇਜ ਨਹੀਂ ਧਾਰਮਿਕ ਦੀ, ਧਰਮ ਦੀ ਤਾਂ ਬੋਲਦਾ ਕਿਉਂ ਆ ਫਿਰ ਉਹ ਧਰਮ ਬਾਰੇ? ਹਾਂ ਠੀਕ ਆ, ਕਦੇ ਉਹ ਕਹਿੰਦਾ ਗ੍ਰੰਥਾਂ ਚ ਮਿਲਾਵਟ ਹੈ, ਮਿਸ਼ਨਰੀਆਂ ਵਾਲੀ ਬੋਲੀ ਬੋਲਦਾ, ਕਦੇ ਕਹੂਗਾ ਗ੍ਰੰਥਾਂ ਚ ਮਿਲਾਵਟ ਹੈ, ਤਾਂ ਜੇ ਤੈਨੂੰ ਨੌਲੇਜ ਨਹੀਂ ਤੂੰ ਬੋਲਦਾ ਕਿਉਂ ਹੈ? ਹਾਂ ਜਿੱਦਾਂ ਮਤਲਬ ਕਈ ਵਾਰੀ ਉਹੀ ਚੀਜ਼ ਹੁੰਦੀ ਆ ਵੀ ਜੇ ਤਾਂ ਅਸੀਂ ਗੱਲ ਕਰਦੇ ਹਾਂ ਤੇ ਲੋਕਾਂ ਨੂੰ ਇਦਾਂ ਲੱਗਦਾ ਗੱਲ ਕਿਉਂ ਕਰਦੇ ਆ, ਜੇ ਨਹੀਂ ਕਰਦੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਬਣ ਜਾਂਦੇ ਹਾਂ। ਕਦੇ ਸੰਤਾਂ ਮਹਾਤਮਾ ਨੂੰ ਚਿੱਟੀ ਸਿਉਂਕ ਦੱਸਦਾ, ਅਸੀਂ ਗੱਲ ਮਤਲਬ ਕੋਈ ਸਾਡਾ ਉਹ ਪਰਸਨਲੀ ਉਹਦੇ ਨਾਲ ਵੈਰ ਨਹੀਂ, ਉਹ ਆਪਣੀ ਜਿਹੜੀ ਬੋਲ ਬਾਣੀ ਹੈ ਉਹ ਸੁਧਾਰੇ, ਠੀਕ, ਤੇ ਬਾਕੀ ਜੋ ਜਿੱਦਾਂ ਉਹਨੇ ਕਿਸਾਨ ਜਥੇਬੰਦੀਆਂ ਬਾਰੇ ਵੀ ਗੱਲ ਕੀਤੀ ਆ ਕਿ ਉਹਨਾਂ ਨੂੰ ਵੀ ਜਿੱਦਾਂ ਇੰਨਾ ਮਤਲਬ ਇੱਕ ਪਾਸੇ ਨੂੰ ਨਹੀਂ ਖਿੱਚੇ ਪਾ ਦੇਣੀ ਚਾਹੀਦੀ ਜੀ, ਆਹ ਕੀ ਹੋ ਗਿਆ, ਤਿਰੰਗਾ ਹੀ ਤਿਰੰਗਾ ਕਰੀ ਜਾਂਦੇ ਆ, ਬਈ ਜਿਹੜੀਆਂ ਗੱਲਾਂ ਹੋਈਆਂ ਜਾਂ ਸਿੱਖੀ ਦੇ ਜਿਹੜੇ ਸਿਧਾਂਤ ਆ ਉਹਨੂੰ ਵੀ ਛੱਡ ਨਹੀਂ ਸਕਦੇ ਜਿਹੜੇ ਮੋਰਚੇ ਦੇ ਮਤਲਬ ਮੋਰਚੇ ਨੂੰ ਚਲਾ ਰਹੇ ਕਿਸਾਨ ਆਗੂ। ਇੱਕ ਹੋਰ ਸੁਣ ਲਓ, ਅਸੀਂ ਤਾਂ ਕੋਈ ਪੱਖ ਛੱਡੀ ਨਹੀਂ, ਅਸੀਂ ਤਾਂ ਤੁਹਾਡੇ ਕੋਲੇ ਸਪਸ਼ਟ ਕਿਹਾ ਵੀ ਅਸੀਂ ਤਾਂ ਕਾਮਰੇਡਾਂ ਕਰਕੇ ਸਟੇਜ ਤੇ ਨਹੀਂ ਗਏ, ਹਾਂ ਕਿਉਂਕਿ ਅਸੀਂ ਬਾਬਾ ਜਰਨੈਲ ਸਿੰਘ ਦਾ ਨਾਂ ਲੈਣਾ ਸੀ, ਹੋ ਸਕਦਾ ਰਾਜੇਵਾਲ ਉਹਨਾਂ ਨੂੰ ਨਾ ਚੰਗਾ ਲੱਗਦਾ। ਆ ਸਹੀ ਗੱਲ ਆ, ਅਸੀਂ ਨੌ ਪਾਉਣ ਦੀ ਵਾਰ ਲੱਖਾਂ ਸਧਾਣਾ ਸਾਰਿਆਂ ਦੀ ਉਹ ਗੱਲ ਕਰੀ ਹੈ, ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਠੀਕ, ਪਰ ਜੋ ਸੱਚ ਆ ਉਹ ਕਿਹਾ ਜਾਂਦਾ ਉਹ, ਕਿਉਂਕਿ ਇਹ ਇਕੱਲੇ ਕੀ ਕਰ ਰਹੇ ਨੇ, ਦੀਪ ਸਿੱਧੂ ਨੂੰ ਇਹ ਟਾਰਗੇਟ ਕਰੀ ਜਾਂਦੇ ਨੇ ਜਿਵੇਂ ਕੋਈ ਬੰਬ ਚਲਾਤਾ ਹੁੰਦਾ ਉਹਨੇ, ਠੀਕ ਆ, ਜਿਹੜੀ ਕੱਲ ਘਟਨਾ ਹੋਈ ਹੈ, ਅਸੀਂ ਰਾਜੇਵਾਲ ਦੀ ਇਸ ਗੱਲੋਂ ਵੀ ਜੇ ਰਾਜੇ ਅਸੀਂ ਸੁਣਿਆ ਨੀ ਬਿਆਨ, ਜੇ ਉਹਨੇ ਇਹ ਕਿਹਾ ਵੀ ਪਿਛਲੇ ਪਾਸੇ ਭੰਡੇਰ ਦਾ ਮੋਰਚਾ ਕਿਹੇ ਕੋਈ ਕੁੱਟੀ ਜਾਵੇ ਲੁੱਟੀ ਜਾਵੇ, ਅਸੀਂ ਨਿੰਦਿਆ ਕਰਦੇ ਹਾਂ, ਉੱਥੇ ਇੱਕ ਗੁਰਸਿੱਖ ਦੀ ਕੁੱਟਮਾਰ ਹੋਈ ਹੈ, ਸਾਰਿਆਂ ਨੂੰ ਜਾਣਾ ਚਾਹੀਦਾ ਸੀ। ਹਾਂ ਇਹ ਗੱਲਾਂ ਜਿਹੜੀਆਂ ਇਹ ਮੋਰਚੇ ਨੂੰ ਮਤਲਬ ਕਮਜ਼ੋਰ ਕਰ ਸਕਦੀਆਂ, ਜੇ ਆਪਾਂ ਉੱਥੇ ਜਾ ਕੇ ਆਪਣੀ ਫੁੱਟ ਜਿਹੜੀ ਤੁਹਾਡੀ ਯੂਨੀਅਨ ਦੀ ਫੁੱਟ ਆ ਜਾਂ ਤੁਹਾਡੀਆਂ ਆਪਣੀਆਂ ਜਿਹੜੀਆਂ ਕਿਸਾਨੀ ਜਥੇਬੰਦੀਆਂ ਉਹਨਾਂ ਦੀ ਫੁੱਟ ਆ, ਤੇ ਤੁਸੀਂ ਉੱਥੇ ਦਿੱਲੀ ਜਾ ਕੇ ਨਾ ਕੱਢੋ, ਤੁਹਾਡਾ ਲੀਡਰਾਂ ਨਾਲ ਮਤਭੇਦ ਹੋ ਸਕਦਾ। ਹੁਣ ਜੇ ਤੁਸੀਂ ਤੁਹਾਡੇ ਗੁਰਸਿੱਖ ਨੂੰ ਜਿਹੜਾ ਕੁੱਟਿਆ ਉਹਨੂੰ ਜੱਗੀ ਸਿੰਘ ਕਹਿੰਦੇ ਆ, ਹਾਂ ਠੀਕ ਆ, ਗੁਰੂ ਦਾ ਸਿੱਖ ਹੈ, ਉਹਦੇ ਕੇਸਾਂ ਦੀ ਬੇਅਦਬੀ ਹੋਈ, ਤੁਸੀਂ ਬਿਆਨ ਦੇਈ ਜਾਂਦੇ ਹੋ ਇੱਧਰ ਵੀ ਸਟੇਜ ਤੋਂ, ਸਾਡਾ ਉੱਧਰ ਸੰਬੰਧ ਨਹੀਂ ਠੀਕ ਆ, ਤੁਹਾਡਾ ਭੰਡੇਰ ਨਾਲ ਗੁੱਸਾ, ਪਰ ਤੁਸੀਂ ਗੁਰੂ ਦੇ ਸਿੱਖ ਲਈ ਕਿਉਂ ਨਹੀਂ ਗਏ? ਬਾਅਦ ਵਿੱਚ ਖੈਰ ਪਤਾ ਲੱਗਿਆ ਵੀ ਉਗਰਾਹਾਂ ਵਾਲਿਆਂ ਨੇ ਜਾਂ ਹੋਰ ਬੰਦੇ ਭੇਜੇ ਜਾਂ ਟਕੈਤ ਸਾਹਿਬ ਨੇ ਭੇਜੇ, ਉਹਨਾਂ ਦਾ ਧੰਨਵਾਦ ਹੈ। ਹਾਂਜੀ, ਲੀਡਰਾਂ ਦੇ 100 ਤਰ੍ਹਾਂ ਦੇ ਮਤਭੇਦ ਹੁੰਦੇ ਨੇ, ਆਮ ਜਨਤਾ ਨੂੰ ਨਾ ਮਰਵਾਉਣ। ਜਿੱਦਾਂ ਹਾਲਾਤ ਬਾਬਾ ਜੀ ਦੇਖ ਕੇ ਤਾਂ ਲੱਗਦਾ ਜਿੱਦਾਂ ਕਿਸਾਨ ਜਥੇਬੰਦੀਆਂ ਥੋੜੀਆਂ ਡਰ ਗਈਆਂ ਹੋਣੀਆਂ। ਨਹੀਂ ਹੁਣ ਜਿਹੜੇ ਟਕੈਤ ਨੇ
संजीवनी बूटी दत्ती है हंजू नी संजीवनी बूटी जो दत्ती है टकैत ने हुण दुबारे रूह रूप दत्ती मोर्चे च ठीक है हां जी 13 फरवरी तो बाद वाहेगुरु कृपा करे हुण इह निबड़ जू छेती तो छेती असीं पहला भी गया हुण असीं 13 फरवरी तो बाद समागमां दी समाप्ति करके क्योंकि नाल नाल गुरमत दा प्रचार ते अमृत छकाउणा भी जरूरी है छड नहीं सकदे ठीक है बाबा जी जिदा आपां आखर दे विच गए तुसीं कोई होर जिहड़ी गल मैं ना पुछी होवे साडे दर्शकां नाल मौके नाल संबंधित जां धार्मिक तौर ते जां तुहाडे मन दे विच वी आह गल मैं जरूर करनी है जरूर कर सकदे ਸਾਡੀ ਤਾਂ ਇਹੀ ਹੈ ਜੀ ਵੀ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਦੂਜੇ ਦਾ ਸਾਥ ਦੇਣ ਜੇ ਕਿਸੇ ਤੇ ਕੋਈ ਹਮਲਾ ਕਰਦਾ ਐ ਪੱਲਾ ਜਾਂ ਨਾ ਛਡਾਉਣ ਆਖੂ ਵੀ ਉਹ ਸਾਡੀ ਯੂਨੀਅਨ ਦਾ ਨਹੀਂ ਉਹ ਦੂਜੀ ਯੂਨੀਅਨ ਦਾ ਐ ਤੁਸੀਂ ਕਿਵੇਂ ਜਿੱਤ ਲਓਗੇ ਹਾਂ ਠੀਕ ਹੈ ਸੰਗਤ ਤਾਂ ਆਮ ਸੰਗਤ ਹੈ ਲੀਡਰਾਂ ਦੇ 100 ਤਰ੍ਹਾਂ ਦੇ ਆਪਸ ਵਿੱਚ ਮਤਭੇਦ ਹੁੰਦੇ ਹੈ ਤੁਸੀਂ ਇੱਕ ਦੂਜੇ ਦੀ ਮਦਦ ਕਰੋ ਠੀਕ ਹੈ ਹਾਂਜੀ जो पत्रकार कोई सवाल करता है दसना फर्ज है साडा ਨਹੀਂ ਜ਼ਰੂਰੀ ਹੈ ਤੇ ਜਦੋਂ ਹੁਣ ਜਿਹੜਾ ਸਵਾਲ ਹੁੰਦਾ ਸਵਾਲ ਦਾ ਜਵਾਬ ਜਿਹੜਾ ਮੋਰੇ ਜਿਹਨੂੰ ਪੁੱਛਿਆ ਜਾਂਦਾ ਉਹਦਾ ਫਰਜ਼ ਹੀ ਬਣਦਾ ਬਈ ਉਹ ਸਹੀ ਰੂਪ 'ਚ ਉਹਦਾ ਜਵਾਬ ਦੇਵੇ ਉਹਦੇ 'ਚ ਕੋਈ ਰੌਲਾ ਮਲਾ ਨਹੀਂ ਹੋਣਾ ਚਾਹੀਦਾ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਮਨ ਤੋਂ ਕੀਤੀਆਂ ਬਹੁਤ ਬਹੁਤ ਬਾਬਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਮਾਂ ਕੱਢਿਆ ਸਾਨੂੰ ਸਮਾਂ ਦਿੱਤਾ ਵਾਜੇ ਕੋ ਮੈਨੂੰ ਫੇਰ ਵੀ ਕੋਈ ਗੱਲ ਰਹਿ ਗਈ ਹੋਵੇ ਤਾਂ ਆਖਰ ਦੇ ਵਿੱਚ ਕਰ ਸਕਦੇ ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਨਹੀਂ ਬਸ ਠੀਕ ਹੈ ਜਲਦੀ ਕਰੇ ਸੰਗਤਾਂ ਜਿੰਨੀਆਂ ਮੋਰਚੇ ਦੇ ਵਿੱਚ ਨੇ ਨਾਲ ਨਾਲ ਨਾਮ ਦਾ ਪ੍ਰਵਾਹ ਜਾਰੀ ਰੱਖਣ ਜਿੱਥੇ ਭੋਜਨ ਹੈ ਭੋਜਨ ਸਰੀਰ ਦੀ ਖੁਰਾਕ ਹੈ ਜਿਹੜਾ ਵਾਹਿਗੁਰੂ ਦਾ ਭਜਨ ਹੈ ਇਹ ਜਿਹੜਾ ਭਜਨ ਹੈ ਰੂਹ ਦੀ ਖੁਰਾਕ ਹੈ ਠੀਕ ਧੰਨਵਾਦ ਜੀ ਬਾਬਾ ਭਜਨ ਨਾ ਜਿੱਤ ਨਹੀਂ ਹੁੰਦੀ ਨਾਮ ਤੋਂ ਬਿਨਾ ਠੀਕ ਨਾਮ ਤੋਂ ਬਿਨਾ ਫਤਿਹ ਨਹੀਂ ਪ੍ਰਾਪਤ ਕੋਈ ਕਰ ਸਕਦਾ ਹਾਂਜੀ ਇਸ ਕਰਕੇ ਸਾਡਾ ਕਿਸੇ ਨਾਲ ਕੋਈ ਲਿੱਚੀ ਗਿਲਾ ਸ਼ਿਕਾ ਨਹੀਂ ਪਰ ਸੱਚ ਕਹਿਣ ਤੋਂ ਅਸੀਂ ਸੰਕੋਚ ਨਹੀਂ ਕਰਨਾ ਕਦੇ ਵੀ ਜੋ ਤੁਹਾਨੂੰ ਦੱਸਿਆ ਕਿ ਸਟੇਜ ਤੇ ਨਾ ਜਾਣ ਦਾ ਕਾਰਨ ਵੀ ਤੁਹਾਨੂੰ ਦੱਸ ਦਿੱਤਾ ਕਿ ਬਾਬਾ ਜਰਨੈਲ ਸਿੰਘ ਦੇ ਨਾਂ ਤੋਂ ਹੋ ਸਕਦਾ ਕਿਸੇ ਨੂੰ ਪ੍ਰੋਬਲਮ ਹੋ ਜੇ ਕੱਲ ਨੂੰ ਕਦੋਂ ਸਾਡਾ ਮਾਹੌਲ ਵਿਗਾੜ ਗਏ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਵੀ ਕਈ ਜਿੱਥੇ ਬੰਦੀਆਂ ਫਤਿਹ ਨਾ ਬੁਲਾਓ ਜਾਂ ਜਕਾਰਾ ਨਾ ਲਾਓ ਇਸ ਕਰਕੇ ਆਪਾਂ ਉਹਨਾਂ ਤੋਂ ਦੂਰ ਹੀ ਰਹੇ ਹਾਂ ਅਸੀਂ ਮੋਰਚੇ ਦੇ ਨਾਲ ਆ ਪਰ ਕਈਆਂ ਦਾ ਸਾਡੇ ਵਿਚਾਰ ਸਹਿਮਤ ਨਹੀਂ ਹੋ ਸਕਦੇ ਉਹ ਵੱਖਰੀ ਗੱਲ ਹੈ ਬਿਲਕੁਲ ਬਿਲਕੁਲ ਜੀ ਬਾਕੀ ਬਸ ਨਾਮ ਬਾਣੀ ਦਾ ਪਹਿਰਾ ਰੱਖੇ ਸੰਗਤ ਗੁਰੂ ਕਿਰਪਾ ਕਰੇਗਾ ਜੋ ਅੱਜ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਹੋਈ ਹੈ ਫਤਿਹ ਹੋਵੇਗੀ ਬਹੁਤ ਬਹੁਤ ਬਾਬਾ ਜੀ ਤੁਹਾਡਾ ਧੰਨਵਾਦ ਜੇ ਬਹੁਤ ਵਧੀਆ ਗੱਲਾਂ ਤੁਸੀਂ ਬਾਤੀ ਕੀਤੀਆਂ ਤੇ ਫੇਰ ਵੀ ਕੋਈ ਜਿੱਦਾਂ ਸਾਡੇ ਤੋਂ ਜਾਂ ਚੈਨਲ ਤੋਂ ਕੋਈ ਗੱਲ ਨਾ ਪੁੱਛੀ ਗਈ ਹੋਵੇ ਜਦੋਂ ਵੀ ਤੁਸੀਂ ਚਾਹੋ ਜਿਹੜਾ ਵਾਜੇ ਕੌਮ ਟੀਵੀ ਹਰ ਇੱਕ ਦੀ ਗੱਲ ਜਿਹੜੀ ਆ ਪਬਲਿਕ ਦੇ ਸਾਹਮਣੇ ਲਿਆਉਂਦਾ ਹੈ ਜਦੋਂ ਵੀ ਇਹ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਇਹਦਾ ਪੂਰਾ ਜਿਹੜਾ ਲਾਹਾ ਲੈ ਸਕਦੇ ਹੋ ਸਹਿਯੋਗ ਸਾਡਾ ਲੈ ਸਕਦੇ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਬਹੁਤ ਹੀ ਧੜਕ ਤੇ ਸਿੱਖ ਪ੍ਰਚਾਰਕ ਸੰਤ ਬਾਬਾ ਸਰਜੀਤ ਸਿੰਘ ਜੀ ਘਨੁੜਕੀ ਵਾਲੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਿਆ ਤੇ ਅਸੀਂ ਤੁਹਾਡੇ ਅੱਗੇ ਰੱਖਿਆ ਉਹਨਾਂ ਦੇ ਵਿਚਾਰ ਜਿਹੜੇ ਆ ਤੁਸੀਂ ਆਪੇ ਸੁਣ ਕੇ ਫੈਸਲਾ ਕਰ ਲੈਣਾ ਮਿਲਦੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੇਖਦੇ ਰਹੋ ਆਵਾਜ਼ੇ ਕੌਮ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ